ਮੇਰੇ ਕਰਮਾਂ 'ਚ ਕਿੱਥੇ ਪੋਤੇ ਪੋਤੀਆਂ ਦਾ ਸੁੱਖ? ਸੋਚਿਆ ਸੀ ਕੀ ਹੋ ਗਿਆ ਕੀ? ਉਹ ਐਂ ਕਲਪਣ ਨਾਲ ਕੁਛ ਨਹੀਂ ਹੁੰਦਾ, ਜਦ ਰੱਬ ਨੇ ਦੇਣਾ ਉਦੋਂ ਹੀ ਦੇਣਾ। ਬਸ ਆਹੀ ਗੱਲ ਕਹਿ ਕੇ ਟਾਲ ਦਿਆ ਕਰੋ। ਨਹੀਂ ਘਰੇ ਆ ਭੈਣੇ। ਉਹ ਆ ਗਈ ਫੱਫੇ ਕੁੱਟਣੀ, ਹੁਣ ਸੁਣਾਓ ਤੈਨੂੰ ਪਿੰਡ ਦੀਆਂ ਤਾਜ਼ਾ ਤਾਜ਼ਾ ਖਬਰਾਂ। ਅੱਜ ਤਾਂ ਜੋੜੀ ਸਜੀ ਬੈਠੀ ਆ। ਉਹ ਤਗੜੀਆਂ ਭਰਜਾਈ, ਕੀ ਗੱਲ ਘਰਾਂ ਨਹੀਂ ਬੈਠਾ ਜਾਂਦਾ? ਬੀਆਂ ਜੀ ਫਿਰੀ ਜਾਂਦੀਆਂ ਗੇੜੇ ਕੱਢਦੀ। ਦੇਖ ਲੈ ਜੈਮਲ ਸਿਆ, ਜੇ ਅਸੀਂ ਦਰਾਣੀ ਜਠਾਣੀ ਦੁੱਖ ਸੁੱਖ ਕਰ ਲੈਂਦੀ ਹੈ ਤੇਰੇ ਐਵੇਂ ਮਿਰਚਾਂ ਲੱਗਦੀਆਂ। ਦੇਖ ਲੈ ਕੁਲਦੀਪ ਕੋਰੇ, ਮੈਨੂੰ ਕੀ ਕਹਿੰਦਾ ਤੇਰੇ ਘਰ ਵਾਲਾ। ਨਹੀਂ ਜਗੀਰ ਕੋਰੇ, ਦਿਓਰ ਭਰਜਾਈ ਦੀ ਗੱਲ ਵਿੱਚ ਮੈਂ ਨਹੀਂ ਬੋਲਦੀ, ਤੂੰ ਜਾਣੇ ਜਾਂ ਤੇਰਾ ਦਿਓਰ ਜਾਣੇ। ਚੱਲ ਸੁਣਾ ਫਿਰ ਭਾਬੀ ਪਿੰਡ ਦੀ ਕੋਈ ਤਾਜ਼ਾ ਖਬਰ। ਉਹ ਤੇਰੇ ਲਵੇ ਤਾਂ ਸਾਰੇ ਪਿੰਡ ਦੀਆਂ ਖਬਰਾਂ ਹੁੰਦੀਆਂ ਨੇ, ਹੈਂ? ਉਹ ਤੂੰ ਜਗੀਰੋ ਨਹੀਂ ਹੈਗੀ, ਤੂੰ ਤਾਂ ਗੂਗਲ ਬਾਬਾ। ਜੱਗੇ ਤੁਸੀਂ ਕਿੱਥੇ ਨੂੰ ਚੱਲੇ ਆ ਪੁੱਤ? ਸਤਿ ਸ਼੍ਰੀ ਅਕਾਲ ਤਾਈ ਜੀ। ਸਤਿ ਸ਼੍ਰੀ ਅਕਾਲ ਤਾਈ ਜੀ। ਸਤਿ ਸ਼੍ਰੀ ਅਕਾਲ। ਹੋਰ ਦੱਸੋ ਤਾਈ ਜੀ, ਠੀਕ ਹੋ? ਤਾਇਆ ਜੀ ਠੀਕ ਨੇ? ਮੇਰੇ ਜੇਠ ਜੇਠਾਣੀ ਰਾਜੀ ਵਾਜੀ ਤਾਂ ਹੈਗੇ ਨੇ, ਮੈਂ ਕਹਿੰਦੀ ਸੀ ਕਦੇ ਉਹਨਾਂ ਨੂੰ ਵੀ ਲੈ ਆਇਆ ਕਰੋ, ਬੈਠ ਕੇ ਸੁੱਖ ਦੁੱਖ ਕਰਿਆ ਜਾਂਦਾ। ਲੈ ਆਊਂਗੀ ਪੁੱਤ। ਨਹੀਂ ਬਹੂ, ਹੁਣ ਤੁਸੀਂ ਕਿੱਥੇ ਨੂੰ ਚੱਲੇ ਆ? ਬੇਬੇ ਅਸੀਂ ਬਾਬੇ ਨਰਾਲੇ ਦੇ ਚੱਲੇ ਹਾਂ, ਸ਼ਾਮ ਨੂੰ ਮੁੜਾਂਗੇ। ਮੰਮੀ ਜੀ ਜੇ ਨਾ ਮੱਥਾ ਟੇਕਣ ਗਏ ਨਾ ਸਾਰੀ ਜ਼ਿੰਦਗੀ ਵਹਿਮ ਜਿਹਾ ਪਿਆ ਰਹਿਣਾ, ਬਸ ਅਸੀਂ ਛੇਤੀ ਮੁੜੇ ਆਵਾਂਗੇ। ਹਾਂ ਹਾਂ ਚੱਲ ਜਾਇਆ ਉਹ ਤਾਂ, ਕੋਈ ਨਾ ਚੱਲ ਚੱਲੋ ਚੱਲੀਏ। ਦੇਖ ਲਾ ਜਗੀਰ ਕੋਰੇ, ਜਾਂਦੇ ਆ ਕਿਤੇ ਪੁੱਛ ਕੇ, ਨਾ ਪੁੱਛਣ ਨਾ ਦੱਸਣ। ਸਵੇਰ ਦੀ ਅੰਦਰ ਵੜੀ ਬੈਠੀ ਸੀ, ਨਾ ਤੈਨੂੰ ਚਾਹ ਪੁੱਛ ਕੇ ਗਈ ਨਾ ਚਾਹ ਫੜਾ ਕੇ ਗਈ, ਨਿਕਲ ਗਏ ਬਾਹਰ, ਆਹੀ ਕੁਛ ਹੁੰਦਾ। ਸੋਹਣੀ ਸੁਨੱਖੀ ਨੂੰ ਚੱਟਣਾ ਸੀ। ਨੀ ਕੁਲਦੀਪ ਕੋਰੇ, ਕਿੰਨੀ ਸਿਆਣੀ ਅਤੇ ਸਮਝਦਾਰ ਹੈ ਤੇਰੀ ਨੂੰ। ਨੀ ਜਗੀਰ ਕੋਰੇ, ਕੀ ਕਰੀਏ ਇਹਨੂੰ ਸੋਹਣੀ ਸੁਨੱਖੀ ਨੂੰ? ਮੂੰਹ ਦੇਖੀਏ ਇਹਦਾ, ਸਾਰਾ ਟੱਬਰ ਆਰਤੀ ਉਤਾਰੀਏ ਇਹਦੀ। ਉਹ ਚੱਲ ਛੱਡ ਪਰਾਂ, ਆਪਣਾ ਝੱਗਾ ਚੱਕਿਆ ਆਪਣੇ ਢਿੱਡ ਨੰਗਾ ਹੁੰਦਾ, ਕੀ ਗੱਲਾਂ ਲੈ ਕੇ ਵਜੇ ਨਹੀਂ ਤੂੰ ਵੀ? ਨਹੀਂ ਕੀ ਗੱਲ ਹੋ ਗਈ, ਮੈਨੂੰ ਤਾਂ ਦੱਸ ਦੇ, ਮੈਂ ਕਿਹੜਾ ਦੱਸਣ ਲੱਗੀ ਹਾਂ ਕਿਸੇ ਨੂੰ। ਨੀ ਜਗੀਰ ਕੋਰੇ, ਕੀ ਦੱਸਾਂ ਤੈਨੂੰ, ਕੀ ਗੱਲ ਹੈ? ਤੈਨੂੰ ਪਤਾ ਹੀ ਆ ਜੱਗੇ ਦੇ ਵਿਆਹ ਨੂੰ 3 ਸਾਲ ਲੱਗ ਗਿਆ, ਹਜੇ ਤੱਕ ਸਾਨੂੰ ਪੋਤੇ ਪੋਤੀ ਦਾ ਮੂੰਹ ਨਹੀਂ ਦਿਖਾਇਆ, ਅਸੀਂ ਤਰਸੇ ਪਏ ਹਾਂ, ਅਸੀਂ ਕਦੋਂ ਪੋਤੇ ਪੋਤੀ ਨੂੰ ਖਿਲਾਈਏ? ਇਹਦੇ ਤਾਂ ਹੁੰਦਾ ਹੀ ਕੁਛ ਨਹੀਂ, ਕੀ ਕਰੀਏ? ਨਹੀਂ ਕੋਈ ਦਵਾਈ ਦਵੂਈ ਦਵਾ ਦਿਓ ਸ਼ਹਿਰੋਂ, ਇੰਨਾ ਤਾਂ ਮਸ਼ਹੂਰ ਹੈ ਉਹ ਡਾਕਟਰ ਕੁੱਬਾ, ਮੇਰੀ ਵੱਡੀ ਨੂੰਹ ਦੇ ਕਿਹੜਾ ਹੁੰਦਾ ਸੀ, 6 ਮਹੀਨੇ ਦਵਾਈ ਦਵਾਈ ਆ ਉਹ ਤੋਂ, ਉਹ ਦੇਖ ਲੈ ਕਿੱਡਾ ਵੱਡਾ ਹੋਇਆ ਫਿਰਦਾ, ਕਿਵੇਂ ਭੱਜਿਆ ਫਿਰਦਾ ਜਵਾਕ। ਨਹੀਂ ਭੈਣੇ ਦੇਖਣ 'ਚ ਤਾਂ ਵਾਲੀ ਭੋਲੀ ਲੱਗਦੀ ਹੈ, ਦੇਖਣ ਨੂੰ ਹੀ ਭੋਲੀ ਲੱਗਦੀ ਹੈ, ਬਥੇਰੀ ਤੇਜ਼ ਹੈ, 4 ਦਿਨ ਕੋਲ ਰਹਿ ਕੇ ਦੇਖ, ਅੱਖਾਂ ਨਾਲ ਮਿਰਚਾਂ ਭੋਰਦੀ ਆ। ਹਾਂ ਬੱਚਾ ਦੁੱਖ ਦੱਸ ਕੀ ਹੈ? ਬਾਬਾ ਜੀ ਸਾਡੇ ਵਿਆਹ ਨੂੰ 3 ਸਾਲ ਹੋ ਗਏ, ਬੱਚਾ ਨਹੀਂ ਹੋ ਰਿਹਾ। ਬਸ ਇੰਨੀ ਕੁ ਗੱਲ ਹੈ, ਜਵਾਕ ਨਹੀਂ ਹੁੰਦਾ? ਜਵਾਕਾਂ ਦੀਆਂ ਤਾਂ ਆਪਾਂ ਲੈਣਾ ਲਾ ਦਿਆਂਗੇ ਭਗਤਾ, ਜਦੋਂ ਬਾਬਿਆਂ ਨੇ ਮਾਰਿਆ ਨਾ ਸ਼ਕਤੀ ਵਾਲਾ ਮੰਤਰ, ਬੱਚੇ ਕੁਰਬਲ ਕੁਰਬਲ ਕਰਦੇ ਵਿਹੜੇ 'ਚ ਘੁੰਮੇ ਕਰਨਗੇ। ਅੱਛਾ ਬਾਬਾ ਜੀ, ਅਸੀਂ ਤਾਂ ਜਬੀ ਢੇਰੀ ਢਾਈ ਬੈਠੇ ਸੀ, ਤੁਸੀਂ ਤਾਂ ਉਮੀਦ ਜਗਾਤੀ। ਅਸੀਂ ਕੋਈ ਮਾੜੇ ਧੀੜੇ ਬਾਬੇ ਨਹੀਂ ਆ, ਅਸੀਂ ਤਾਂ ਬਹੁਤ ਪਹੁੰਚੇ ਹੋਏ ਬਾਬੇ ਹਾਂ। ਅੱਛਾ ਬਾਬਾ ਜੀ ਕਿੱਥੋਂ ਤੱਕ ਪਹੁੰਚੇ ਹੋਏ ਹੋ? ਮੂਰਖ
ਬਾਬਿਆਂ ਨਾਲ ਮਜ਼ਾਕ ਮਹਿੰਗਾ ਪੈ ਜੂਗਾ। ਨਾ ਨਾ ਬਾਬਾ ਜੀ, ਮਜ਼ਾਕ ਨਹੀਂ, ਅਸੀਂ ਤਾਂ ਬਹੁਤ ਥਾਂ ਧੱਕੇ ਖਾਏ, ਕਿਤੋਂ ਵੀ ਖੈਰ ਪੱਲੇ ਨਹੀਂ ਪਈ। ਫਿਰ ਧਾਰੂ ਰੇ 1121 ਰੁਪਏ ਤੈਨੂੰ ਦਈਏ ਮੁੰਡਾ ਹੋਣ ਦੀਆਂ ਪੁੜੀਆਂ। ਧਰ ਦੋ 2100 ਰੁਪਈਆ ਜੀ, ਸੋਚੀ ਕੀ ਜਾਂਦੇ ਹੋ। ਭਗਤਨੀਏ ਆ ਫੜ ਪੁੜੀਆਂ, ਆਉਂਦੇ ਵੀਰਵਾਰ ਨੂੰ ਇਸ਼ਨਾਨ ਕਰਕੇ ਨਾ ਆ ਪੁੜੀਆਂ ਪਾਣੀ 'ਚ ਘੋਲ ਕੇ ਪੀ ਲਈ। ਦੇਖੀ ਫਿਰ ਜਵਾਕਾਂ ਦੀਆਂ ਲਾਈਨਾਂ ਲੱਗਦੀਆਂ, ਇਹ ਬਾਬਿਆਂ ਦੀ ਕਰਾਮਾਤ ਹੈ, ਫਿਰ ਮੰਨੇਗੀ ਬਾਬਿਆਂ ਨੂੰ। ਸੱਚੀ ਬਾਬਾ ਜੀ, ਜੇ ਤੁਹਾਡੀ ਇਹ ਗੱਲ ਪੱਕੀ ਹੋ ਗਈ ਨਾ, ਮੈਂ ਸੱਚੀ ਤੁਹਾਨੂੰ ਮੰਨੂਗੀ ਤੇ ਸੋਨੇ ਦਾ ਕੜਾ ਪਾ ਕੇ ਜਾਊਂਗੀ। ਚੰਗਾ ਬਾਬਾ ਜੀ। ਜੱਗੇ ਦੇ ਬਾਪੂ, ਉਈ ਨਾ ਤੂੰ ਲੋਕਾਂ ਦੀਆਂ ਚੱਕਾਂ 'ਚ ਆ ਜਾਈ। ਜਦ ਉਹਦੇ ਜਵਾਕ ਹੀ ਨਹੀਂ ਹੁੰਦਾ, ਅਸੀਂ ਉਹਦੇ ਤੋਂ ਕਰਵਾਉਣਾ ਕੀ ਆ? ਮੈਂ ਤਾਂ ਜੱਗੇ ਦਾ ਦੂਜਾ ਵਿਆਹ ਕਰੂੰਗੀ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਵੀ ਇਹਦੇ ਕੁਛ ਹੋਣਾ ਹੀ ਨਹੀਂ, ਮੈਂ ਤਾਂ ਜੱਗੇ ਦਾ ਵਿਆਹ ਹੀ ਨਹੀਂ ਸੀ ਕਰਦੀ। ਉਹ ਐਂ ਕੀ ਤੂੰ ਰਾਬਾਂ, ਜਿਹੜੀਆਂ ਸਾਰੀਆਂ ਗੱਲਾਂ ਤੈਨੂੰ ਪਹਿਲਾਂ ਹੀ ਪਤਾ ਲੱਗ ਜਾਣਗੀਆਂ। ਆ ਬਹੂ ਦੇ ਮਾਂ ਪਿਓ ਕਹਿ ਕੇ ਗਏ ਨੇ ਵੀ ਦੇਖ ਲਓ ਸਾਲ 6 ਮਹੀਨੇ ਹੋਰ, ਫਿਰ ਕਰਦਿਆਂ ਕੋਈ ਹੱਲ। ਤੂੰ ਕਾਲੀ ਨਾ ਪੈ। ਕਾਲੀ ਕਿਉਂ ਨਾ ਪਾਵਾਂ, ਆ ਦੇਖ ਲਓ ਜਗੀਰੋ ਦਾ ਮੁੰਡਾ ਬੰਟੀ, ਅੱਗੇ ਤੋਂ 10 ਦਿਨ ਬਾਅਦ ਵਿਆਹ ਹੋਇਆ ਸੀ, ਸੁੱਖ ਨਾਲ ਦੋ ਜਵਾਕਾਂ ਦਾ ਪਿਓ ਬਣ ਗਿਆ ਤੇ ਇੱਧਰ ਕੱਖ ਵੀ ਨਹੀਂ। ਸਾਰੇ ਜਹਾਨ ਦੀਆਂ ਇਹਨੂੰ ਦਵਾਈਆਂ ਦਵਾ ਦਿੱਤੀਆਂ, ਉੱਪਰ ਦੀ ਲੋਕਾਂ ਦੀਆਂ ਗੱਲਾਂ ਸੁਣੀਏ। ਉਹ ਇੱਕ ਤਾਂ ਸਾਲਿਆ ਲੋਕ ਨਹੀਂ ਟਿਕਣ ਦਿੰਦੇ, ਇਹਨਾਂ ਤੋਂ ਆਪਣੇ ਘਰ ਸਮਝਦੇ ਨਹੀਂ, ਔਰ ਦੂਏ ਦੀਆਂ ਸਾਰੀਆਂ ਖਬਰਾਂ ਰੱਖਦੇ ਨੇ। ਜੱਗੇ ਇੱਧਰ ਆ ਪੁੱਤ। ਆਇਆ ਬੇਬੇ। ਕੀ ਕਹਿੰਦਾ ਬਾਬਾ? ਬਾਬਾ ਕਹਿੰਦਾ ਰੱਬ 'ਤੇ ਵਿਸ਼ਵਾਸ ਰੱਖੋ, ਸਭ ਕੁਛ ਠੀਕ ਹੋ ਜੂਗਾ। ਉਹਨੇ ਆ ਪੁੜੀਆਂ ਦਿੱਤੀਆਂ ਨੇ। ਜੱਗੇ ਪੁੱਤ, ਕਿਉਂ ਪੈਸਾ ਉਜਾੜੀ ਜਾਂਦਾ, ਕਦੀ ਪੁੜੀਆਂ ਨਾਲ ਵੀ ਜਵਾਕ ਹੋਏ ਆ? 3-4 ਲੱਖ ਰੁਪਈਆ ਲਾ ਦਿੱਤਾ ਬਹੂ 'ਤੇ, ਰਿਜ਼ਲਟ ਕੀ ਨਿਕਲਿਆ? 0। ਮੰਮੀ ਜੀ, ਤੁਸੀਂ ਘਰ ਦਾ ਮਾਹੌਲ ਨਾ ਖਰਾਬ ਕਰੋ, ਜਿਵੇਂ ਆਪਾਂ ਸੋਚਦੇ ਹੁੰਦੇ ਹਾਂ ਨਾ ਉਵੇਂ ਦਾ ਹੀ ਹੁੰਦਾ। ਤੁਸੀਂ ਸੁੱਖ ਮੰਗਿਆ ਕਰੋ, ਅਸੀਂ ਵੀ ਅੱਜ ਅਰਦਾਸ ਕਰਕੇ ਆਏ ਹਾਂ, ਜੇ ਰੱਬ ਨੇ ਚਾਹਿਆ ਤਾਂ ਛੇਤੀ ਖੁਸ਼ਖਬਰੀ ਆਊਗੀ ਆਪਣੇ ਘਰ ਵੀ। ਮੰਮੀ ਜੀ, ਤੁਸੀਂ ਇਹਨਾਂ ਦੇ ਦੂਜੇ ਵਿਆਹ ਬਾਰੇ ਸੋਚਣਾ ਬੰਦ ਕਰ ਦਿਓ ਬਸ। ਉਹ ਪੁੱਤ ਸਾਡਾ ਕਿਹੜਾ ਜੀ ਕਰਦਾ ਜੱਗੇ ਦਾ ਦੁਬਾਰੇ ਵਿਆਹ ਕਰਨ ਨੂੰ, ਨਾਲੇ ਦੁਬਾਰੇ ਵਿਆਹ ਕਰਨੇ ਬੱਚਿਆਂ ਦੇ ਸਕਾਲੇ ਪੈਣੇ ਕਿਤੇ। 17-18 ਲੱਖ ਰੁਪਏ ਲੱਗਿਆ ਤਾ ਜੱਗੇ ਦੇ ਵਿਆਹ 'ਤੇ, ਤਾਂ ਕਿਤੇ ਵਿਆਹ ਹੋਇਆ ਤੀ। ਉਹ ਭਾਈ ਰੋਜ਼ ਭਾਂਡੇ ਇਕੱਠੇ ਕਰਨੇ ਬਹੁਤ ਔਖੇ ਨੇ। ਉਹ ਬਾਪੂ, ਹਰੇਕ ਮਾਂ ਪਿਓ ਕਰਦਾ ਖਰਚਾ ਵਿਆਹ 'ਤੇ, ਜੇ ਮੇਰਾ ਚੰਨੋ ਨਾਲ ਨਾ ਵਿਆਹ ਹੁੰਦਾ ਤਾਂ ਕਿਸੇ ਹੋਰ ਨਾਲ ਹੋ ਜਾਂਦਾ, ਨਾ ਫਿਰ ਕਿਹੜਾ ਤੂੰ ਖਰਚਾ ਨਹੀਂ ਕਰਨਾ ਸੀ? ਤੇਰਾ ਵੀ ਪਤਾ ਹੀ ਨਹੀਂ ਲੱਗਦਾ, ਕਦੇ ਕਦੇ ਕੁਛ ਹੋਰ ਹੀ ਬੋਲ ਦਿੰਦਾ, ਨਾਲੇ ਮਾਤਾ ਤੂੰ ਲੋਕਾਂ ਦੀਆਂ ਚੱਕਾਂ 'ਚ ਨਾ ਆਇਆ ਕਰ, ਐਵੇਂ ਨਹੀਂ ਕਿਸੇ ਦੀ ਚੱਕ 'ਚ ਆ ਕੇ ਆਪਦੇ ਘਰੇ ਕਲੇਸ਼ ਪਾਈਦਾ। ਲੋਕ ਤਾਂ ਚਾਹੁੰਦੇ ਨੇ ਵੀ ਕੋਈ ਸੁਖੀ ਵਸੇ। ਜੱਗੇ ਪੁੱਤ, ਤੂੰ ਹਜੇ ਇੰਨਾ ਵੱਡਾ ਨਹੀਂ ਹੋਇਆ ਜਿਹੜਾ ਆਪਣੇ ਮਾਂ ਪਿਓ ਨੂੰ ਮੱਤਾਂ ਦੇਣ ਲੱਗ ਜਾਏ, ਤੈਨੂੰ ਕੀ ਪਤਾ ਦੁਨੀਆਦਾਰੀ ਦਾ? ਉਹ ਘਰੇ ਆ ਨੰਬਰਦਾਰ ਸਾਹਿਬ। ਤੁਸੀਂ ਜਾਓ ਭਾਈ, ਆ ਵੀ ਮੰਗਲ, ਆ ਜਾ ਆ ਜਾ, ਚਲੋ ਤੂੰ ਵੀ ਪੀ ਲਾ ਚਾਹ ਪਾਣੀ।
ਦੇਖਿਆ ਕਿਵੇਂ ਉਹਦੀਆਂ ਗੱਲਾਂ 'ਚ ਆ ਗਿਆ। ਉਹ ਚੱਲ ਚੁੱਪ ਕਰ। ਸਤਿ ਸ਼੍ਰੀ ਅਕਾਲ ਨੰਬਰਦਾਰ। ਆ ਵੀ ਮੰਗਲ ਸਿਆ। ਸਤਿ ਸ਼੍ਰੀ ਅਕਾਲ ਭਾਈ। ਸੁਣਾ ਕੀ ਹਾਲ? ਵਧੀਆ ਵਧੀਆ। ਹੋਰ ਵੀ ਨੰਬਰਦਾਰਾ, ਕਿਵੇਂ ਚੁੱਪ ਜੇ ਹੋ ਗਏ? ਕਿਤੇ ਮੈਂ ਗਲਤ ਟਾਈਮ ਤਾਂ ਨਹੀਂ ਆ ਗਿਆ? ਵਧੀਆ ਹੋਇਆ ਮੰਗਲਾ ਤੂੰ ਆ ਗਿਆ, ਅਸੀਂ ਤੇਰੇ ਕੋਲ ਆਉਣਾ ਹੀ ਸੀ। ਉਹ ਕੀ ਗੱਲ ਹੈ ਭਰਜਾਈ, ਖੈਰ ਸੁੱਕਾ ਹੈ? ਮੰਗਲ ਨੂੰ ਤਾਂ ਉਦੋਂ ਹੀ ਮਿਲਣ ਆਉਂਦਾ ਕੋਈ ਜਦੋਂ ਕੋਈ ਖਾਸ ਕੰਮ ਹੋਏ। ਬਸ ਤੂੰ ਐਂ ਸਮਝ ਲਾ ਵੀ ਖਾਸ ਹੀ ਕੰਮ ਹੈ। ਚੱਲ ਤੂੰ ਜਾ ਲਿਆ ਥੋੜ੍ਹੀ ਜਿਹੀ ਕਰਕੇ, ਫਿਰ ਬਹਿ ਕੇ ਆਰਾਮ ਨਾਲ ਗੱਲ ਕਰਦੇ ਹਾਂ। ਹੋਰ ਫਿਰ ਰਾਜੀ ਬਾਜੀ ਹੈ? ਹਾਂ ਸਭ ਵਧੀਆ, ਕਿਰਪਾ ਮਾਲਕ ਦੀ। ਤੂੰ ਸੁਣਾ? ਓਏ ਕੀ ਹੋਇਆ? ਉਹ ਵੇਖ ਲਓ ਜੀ, ਮੰਮੀ ਜੀ ਕੀ ਕੀ ਗੱਲਾਂ ਕਰਦੇ ਨੇ, ਨਾ ਕੋਈ ਆਪਦੇ ਨੂੰਹ ਪੁੱਤ ਨੂੰ ਐਵੇਂ ਕਹਿੰਦਾ ਹੁੰਦਾ। ਉਹ ਯਾਰ ਬੇਬੇ ਦੀ ਤਾਂ ਬੋਲਣ ਦੀ ਆਦਤ ਆ, ਇੱਕਾ ਜਗੀਰੋ ਤਾਈ ਆ ਕੇ ਬਹਿ ਜਾਂਦੀ ਹੈ। ਤੈਨੂੰ ਤਾਂ ਪਤਾ ਹੀ ਆ, ਉਹ ਵੀ ਬਥੇਰੀ ਚੁਗਲਖੋਰ ਆ। ਲੋਕ ਆਪਦੀ ਪੀੜ੍ਹੀ ਥੱਲੇ ਸੋਟਾਂ ਨਹੀਂ ਫਿਰਦੇ, ਦੂਜਿਆਂ ਦੇ ਘਰਾਂ 'ਚ ਮੱਥਾ ਦਿੰਦੇ ਫਿਰਦੇ। ਮੈਨੂੰ ਐਂ ਦੱਸੋ, ਆਹ ਜਿਹੜਾ ਬੰਦਾ ਆਇਆ ਬੈਠਾ, ਇਹ ਕੌਣ ਆ? ਉਹ ਇਹ ਤਾਂ ਮੰਗਲ ਚਾਚਾ, ਆ ਨਾਲ ਦੇ ਪਿੰਡੋਂ ਆ, ਲੋਕਾਂ ਦੇ ਰਿਸ਼ਤੇ ਰੁਸ਼ਤੇ ਕਰਵਾਉਂਦਾ। ਰਿਸ਼ਤੇ ਕਰਵਾਉਂਦਾ? ਇਹਦਾ ਮਤਲਬ ਮੰਮੀ ਜੀ ਹੋਰਾਂ ਨੇ ਤੁਹਾਡੇ ਰਿਸ਼ਤੇ ਬਾਰੇ ਇਹਨਾਂ ਨੂੰ ਬੁਲਾਇਆ? ਇੱਕ ਮਿੰਟ ਰੁਕੋ, ਮੈਂ ਦੇਖਦੀ ਹਾਂ ਕੀ ਗੱਲਾਂ ਕਰਦੇ ਨੇ ਇਹ। ਭਰਜਾਈ ਤੇਰੀ ਮਜ਼ਾਕ ਕਰਨ ਦੀ ਆਦਤ ਗਈ ਨਹੀਂ, ਜੱਗੇ ਦੇ ਵਿਆਹ ਨੂੰ 3 ਸਾਲ ਹੋ ਗਏ, ਤੂੰ ਕਹਿੰਦੀ ਉਹਦੇ ਵਾਸਤੇ ਰਿਸ਼ਤਾ ਲੱਭ। ਇਹ ਮਜ਼ਾਕ ਨਹੀਂ ਹੈਗਾ ਮੰਗਲਾ, ਅਸੀਂ ਜੱਗੇ ਦਾ ਦੂਜਾ ਵਿਆਹ ਕਰਨਾ ਹੀ ਕਰਨਾ। ਤੈਨੂੰ ਕਿਹਾ ਨਾ ਜੱਗੇ ਵਾਸਤੇ ਰਿਸ਼ਤਾ ਦੇਖ ਕੋਈ, ਅਸੀਂ ਤੇਰਾ ਹੱਕ ਨਹੀਂ ਰੱਖਦੇ। ਦੂਜਾ ਵਿਆਹ ਭਰਜਾਈ, ਪਹਿਲੇ ਵਿਆਹ 'ਚ ਕੀ ਖਰਾਬੀ ਹੈ? ਉਹ ਮੰਗਲ ਸਿਆ, ਬਹੂ ਦੇ ਜਵਾਕ ਨਹੀਂ ਹੁੰਦਾ ਭਾਈ, ਤਾਂ ਕਰਕੇ ਤੈਨੂੰ ਤਾਂ ਪਤਾ ਹੀ ਆ, ਇੰਨੀ ਜਾਇਦਾਦ ਆ, ਉਹ ਇਹਨੂੰ ਸਾਂਭਣ ਵਾਲਾ ਵੀ ਚਾਹੀਦਾ ਕੋਈ, ਹੈ ਕਿ ਨਾ? ਭਰਜਾਈ ਰਿਸ਼ਤਾ ਤਾਂ ਮੈਂ ਲੱਭ ਲੂੰਗਾ, ਪਰ ਜੱਗੇ ਦੀ ਬਹੂ ਨੂੰ ਪੁੱਛ ਲਿਆ ਤੁਸੀਂ? ਲੈ ਕਮਾਲ ਹੋ ਗਈ, ਉਹਨੂੰ ਕੀ ਪੁੱਛਣਾ, ਅਸੀਂ ਕਿਹੜਾ ਸ਼ੌਂਕ ਨਾਲ ਜੱਗੇ ਦਾ ਵਿਆਹ ਕਰਵਾਉਣ ਲੱਗੇ ਹਾਂ? ਸਾਡੀ ਤਾਂ ਮਜਬੂਰੀ ਆ ਭਾਈ, ਤਾਂ ਹੀ ਤਾਂ ਤੈਨੂੰ ਮਿਲਣ ਆਉਣਾ ਸੀ। ਅਸੀਂ ਹੈ ਨਾ ਬਹੂ ਦੇ ਸਾਰੇ ਮੈਡੀਕਲ ਟੈਸਟ ਕਰਾਏ ਆ, ਡਾਕਟਰ ਕਹਿੰਦਾ ਭਾਈ ਇਹ ਤਾਂ ਕਦੀ ਮਾਂ ਹੀ ਨਹੀਂ ਬਣ ਸਕਦੀ, ਤਾਂ ਕਰਕੇ ਸਾਨੂੰ ਜੱਗੇ ਦਾ ਦੂਜਾ ਵਿਆਹ ਕਰਨਾ ਪੈ ਰਿਹਾ। ਮੇਰੀ ਗੱਲ ਸੁਣਿਓ ਜੀ, ਇੱਧਰ ਆਇਓ ਮਾੜਾ ਜਾ ਆਇਓ। ਹਾਂ ਕੀ ਹੈ? ਆਹ ਵੇਖ ਲਓ ਮੰਮੀ ਜੀ ਦੇ ਘਰੇ ਘਰੇ ਪਚੋਲਾ ਬੁਲਾ ਰੱਖਿਆ ਤੁਹਾਡੇ ਵਿਆਹ ਵਾਸਤੇ। ਜੱਗੇ ਦੀ ਬਹੂ ਤਰਾਜ਼ ਕਰੋਗੀ ਭਰਜਾਈ, ਅੱਜ ਕੱਲ੍ਹ ਤਾਂ ਇੱਕ ਹੀ ਮਸਾ ਹੁੰਦਾ, ਤੁਸੀਂ ਵਹੁਟੀ ਦੇ ਹੁੰਦਿਆਂ ਦੂਜਾ ਵਿਆਹ ਕਰਾਉਣ ਨੂੰ ਫਿਰਦੇ ਹੋ, ਇਹ ਕੰਮ ਔਖਾ ਹੈ ਭਰਜਾਈ। ਕਿੰਨੀ ਫੀਸ ਲੈਂਦਾ ਤੂੰ? ਇਹੀ ਬਸ 50-60 ਹਜ਼ਾਰ, ਇਸ ਤੋਂ ਵੱਧ ਤਾਂ ਕੋਈ ਦਿੰਦਾ ਹੀ ਨਹੀਂ। ਮੈਂ ਤੈਨੂੰ 1,00,000 ਰੁਪਈਆ ਦਊਂ, ਕਰਾ ਰਿਸ਼ਤਾ। 1,00,000 ਰੁਪਈਆ? ਫਿਰ ਤਾਂ ਭਰਜਾਈ ਕਰਾਉਣਾ ਹੀ ਪੈਣਾ। ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਮੈਂ ਤੇਰੇ ਨਾਲ ਆ, ਮੈਂ ਕਰਾਉਂਦਾ ਨਹੀਂ ਦੂਜਾ ਵਿਆਹ, ਦੂਜੇ ਪਾਸੇ ਆ ਮੰਮੀ ਜੀ ਵਿਚੋਲਾ ਬੁਲਾਈ ਬੈਠੇ ਨੇ, ਚੱਲ ਕੀ ਰਿਹਾ? ਤੁਸੀਂ ਗੱਲ ਕਰੋ ਇਹਨਾਂ ਨਾਲ, ਕਰੀ ਕੀ ਜਾਂਦੇ ਨੇ? ਉਹ ਯਾਰ ਐਂ ਕਿਵੇਂ ਵਿਆਹ ਕਰਵਾ ਦੇਣਗੇ, ਮੇਰੇ ਨਾਲ ਤਾਂ ਉਹਨਾਂ ਕੋਈ ਗੱਲ ਹੀ ਨਹੀਂ ਕਰੀ। ਉਹ ਨਾਲੇ ਵਿਆਹ ਕੋਈ ਗੁੱਡੇ ਗੁੱਡੀਆਂ ਦਾ ਖੇਡ ਥੋੜ੍ਹੀ ਆ, ਇਹ ਤਾਂ ਜਨਮਾਂ ਜਨਮਾਂ ਦਾ ਪਵਿੱਤਰ ਰਿਸ਼ਤਾ। ਮੇਰੀ ਗੱਲ ਸੁਣ ਲਓ ਜੀ,
ਜੇ ਮੈਂ ਕੁਛ ਬੋਲੀ ਨਾ ਤੁਸੀਂ ਕਹਿਣਾ ਮੇਰੇ ਮਾਂ ਪਿਓ ਨੂੰ ਬੋਲਦੀ ਹੈ ਇਹ, ਮੇਥੋਂ ਬੋਲਿਆ ਵੀ ਜਾਣਾ ਮੈਨੂੰ ਪਤਾ। ਮੈਂ ਸਭ ਕੁਛ ਸਹਿ ਸਕਦੀ ਹਾਂ, ਬਸ ਤੁਹਾਨੂੰ ਕਿਸੇ ਨਾਲ ਵੰਡ ਨਹੀਂ ਸਕਦੀ। ਚੰਨੋ ਤੂੰ ਭੋਰਾ ਫਿਕਰ ਨਾ ਕਰ, ਮੈਂ ਹੈਗਾ ਨਾ, ਮੈਂ ਆਪੇ ਗੱਲ ਕਰੂੰ ਇਹਨਾਂ ਨਾਲ। ਚੱਲ ਆ ਮੇਰੇ ਨਾਲ, ਥੋੜ੍ਹਾ ਜਿਹਾ ਐਡਵਾਂਸ ਦੇ ਦਿਓ ਮੈਨੂੰ। ਕਿੰਨੇ ਪੈਸੇ ਨੇ ਤੁਹਾਡੇ ਕੋਲ? ਉਹ ਮੇਰੇ ਕੋਲ ਤਾਂ ਉਹੀ ਹੈ ਜਿਹੜਾ ਆੜਤੀ ਤੋਂ ਲਿਆ ਤਾ, 50,000 ਰੁਪਇਆ। ਫੜਾਓ ਆ ਲੈ ਮੰਗਲਾ, 50,000 ਰੁਪਇਆ, ਬਾਕੀ ਤੈਨੂੰ ਪੈਸੇ ਮਿਲਣਗੇ ਰਿਸ਼ਤਾ ਹੋਣ ਤੋਂ ਬਾਅਦ, ਤੂੰ ਫਿਕਰ ਨਾ ਕਰੀਂ। ਠੀਕ ਆ ਭਰਜਾਈ। ਬੇਬੇ ਬਾਪੂ ਆ ਕੀ ਕਰੀ ਜਾਂਦੇ ਹੋ, ਕਿਹਦੇ ਰਿਸ਼ਤੇ ਦੀ ਗੱਲ ਕਰਦੇ ਹੋ? ਲੈ ਦੱਸ ਪੁੱਤ ਜੱਗਿਆ, ਕਿਹਦੇ ਰਿਸ਼ਤੇ ਦੀ ਗੱਲ ਕਰਨੀ ਆ? ਤੇਰੇ ਰਿਸ਼ਤੇ ਦੀ ਗੱਲ ਕਰਦੇ ਆ, ਹੋਰ ਸਾਡੇ ਘਰ 'ਚ ਕੌਣ ਹੈ ਵਿਆਹਣ ਵਾਲਾ? ਉਹ ਬੇਬੇ ਉਹ ਤੇਰਾ ਦਿਮਾਗ ਤਾਂ ਠੀਕ ਆ, ਮੇਰਾ ਵਿਆਹ ਹੋਇਆ ਹੋਇਆ, ਆ ਚੰਨੋ ਮੇਰੇ ਘਰ ਵਾਲੀ ਹੈ, ਬਾਰ ਬਾਰ ਮੇਰੇ ਦੂਜੇ ਵਿਆਹ ਦੀ ਗੱਲ ਕਰਕੇ ਤੁਸੀਂ ਸਿੱਧ ਕੀ ਕਰਨਾ ਚਾਹੁੰਦੇ ਹੋ? ਫੜਾ ਉਰੇ ਪੈਸੇ, ਚੱਲ ਭੱਜ ਇੱਥੋਂ, ਕੋਈ ਰਿਸ਼ਤਾ ਰੁਸਤਾ ਨਹੀਂ ਕਰਾਉਣਾ। ਤੁਸੀਂ ਵਿਚੋਲੇ ਨਹੀਂ, ਤੁਸੀਂ ਵਪਾਰੀ ਹੋ, ਤੁਸੀਂ ਲੋਕਾਂ ਦੇ ਸੌਦੇ ਕਰਾਉਣ ਲੱਗ ਗਏ, ਵਿਆਹ ਨਹੀਂ ਕਰਾਉਂਦੇ। ਜੱਗੇ ਪੁੱਤ ਕਿਉਂ ਮੇਰੀ ਰੋਜੀ ਰੋਟੀ 'ਤੇ ਲੱਤ ਮਾਰਦਾ? ਚਾਚਾ ਜੀ ਮੈਨੂੰ ਲੱਗਦਾ ਤੁਹਾਡੀਆਂ ਰੋਟੀਆਂ ਜੇਲ੍ਹ ਦੀਆਂ ਲਿਖੀਆਂ ਹੋਈਆਂ ਨੇ, ਨਾ ਤੁਹਾਨੂੰ ਪਤਾ ਨਹੀਂ ਇਹ ਵਿਆਹੇ ਹੋਏ ਨੇ, ਮੇਰੇ ਹੁੰਦੇ ਤੁਸੀਂ ਇਹਨਾਂ ਦਾ ਦੂਜਾ ਵਿਆਹ ਕਿਵੇਂ ਕਰਾ ਸਕਦੇ ਹੋ? ਚੰਗੇ ਰਹੋਗੇ, ਚੁੱਪ ਕਰਕੇ ਚਲੇ ਜਾਓ ਇੱਥੋਂ, ਨਹੀਂ ਵੂਮੈਨ ਸੈੱਲ 'ਚ ਇਹੋ ਜਿਹਾ ਕੇਸ ਕਰੂੰਗੀ, ਰਿਸ਼ਤੇ ਕਰਾਉਣਾ ਤਾਂ ਤੁਸੀਂ ਭੁੱਲ ਹੀ ਜਾਓਗੇ। ਚੰਗਾ ਭਰਜਾਈ ਸਤਿ ਸ਼੍ਰੀ ਅਕਾਲ, ਮੈਂ ਰਿਹਾ ਇਹ ਰਿਸ਼ਤੇ ਤੋਂ, ਜੇ ਤੁਹਾਡੀ ਬਹੂ ਨੇ ਮੇਰੇ 'ਤੇ ਕੇਸ ਕਰਤਾ ਨਾ ਇਹਦੇ ਤਾਂ ਜਵਾਕ ਰੁਲ ਜਾਣਗੇ। ਚੰਗਾ ਸਤਿ ਸ਼੍ਰੀ ਅਕਾਲ। ਉਹ ਭਾਈ ਬਹੂ, ਉਹ ਕਿਰਾਏ ਬੰਦੇ ਨਾਲ ਐਂ ਬੋਲੀ ਦਾ, ਤੈਨੂੰ ਤੇਰੇ ਮਾਂ ਬਾਪ ਨੇ ਛੋਟੇ ਬੜੇ ਨਾਲ ਗੱਲ ਕਰਨੀ ਨਹੀਂ ਸਿਖਾਈ? ਮੇਰੇ ਮਾਂ ਪਿਓ ਨੇ ਤਾਂ ਬੜਾ ਕੁਛ ਸਿਖਾਇਆ ਡੈਡੀ ਜੀ, ਜੋ ਤੁਸੀਂ ਕਰਨ ਲੱਗੇ ਸੀ ਉਹ ਸਹੀ ਆ? ਤੁਹਾਨੂੰ ਪਤਾ ਡੈਡੀ ਜੀ ਇਹ ਗੈਰ ਕਾਨੂੰਨੀ ਆ। ਨੀ ਚੱਲ ਪਰਾਂ, ਵੱਡੀ ਆ ਗਈ ਵਕੀਲਣੀ, ਆਪਣੀ ਪੜ੍ਹਾਈ ਲਿਖਾਈ ਨਾ ਆਪਣੇ ਕੋਲ ਰੱਖ, ਇੱਕ ਤਾਂ ਤੂੰ ਜਵਾਕ ਨਹੀਂ ਜੰਮ ਕੇ ਦੇ ਸਕੀ ਸਾਨੂੰ, ਉੱਪਰ ਦੀ ਸਾਨੂੰ ਕਾਨੂੰਨ ਦਾ ਪਾਠ ਪੜ੍ਹਾਉਂਦੀ ਆ, ਤੇਰੇ ਵਰਗੀਆਂ 20 ਰੋਜ਼ ਮਿਲਦੀਆਂ। ਮੇਰੇ ਵਰਗੀ ਤਾਂ ਮੰਮੀ ਜੀ ਤੁਹਾਨੂੰ ਹਲੇ ਕੋਈ ਟੱਕਰੀ ਨਹੀਂ ਹੈਗੀ, ਮੈਂ ਤਾਂ ਇੰਨਾ ਕਰਕੇ ਚੁੱਪ ਆ, ਨਹੀਂ ਮੈਂ ਤਾਂ ਤੁਹਾਡੀਆਂ ਚੀਕਾਂ ਕਢਾ ਦਾ। ਆਏ ਵੱਡੇ ਦੇਖ ਲਾ ਜੱਗੇ ਕਿੰਨੀ ਜਵਾਨ ਖੋਲ ਰੱਖੀ ਆ ਇਹਨੇ, ਤੇਰੇ ਪਿਓ ਨੇ ਤੈਨੂੰ ਸਮਝਾਇਆ ਸੀ ਨਾ ਇਹਨੂੰ ਬਹੁਤੀ ਖੁੱਲ ਨਾ ਦੇ ਨਾ ਦੇ, ਤੂੰ ਸਾਡੀ ਇੱਕ ਨਹੀਂ ਮੰਨੀ, ਹੁਣ ਭੁਗਤ। ਉਹ ਬੇਬੇ ਉਹ ਚੰਨੋ ਸਹੀ ਤਾਂ ਕਹਿੰਦੀ ਹੈ, ਜਦੋਂ ਕਿਸੇ ਨੂੰ ਦੁਖੀ ਕਰੋਗੇ ਨਾ ਅੱਗੋਂ ਅਗਲਾ ਤਾਂ ਬੋਲੂਗਾ। ਦੇਖ ਜੱਗੇ ਪੁੱਤ ਦੋ ਹੀ ਗੱਲਾਂ ਨੇ, ਜਾਂ ਤਾਂ ਇਹਨੂੰ ਕਹਿ ਸਾਨੂੰ ਜਵਾਕ ਜੰਮ ਕੇ ਦੇਵੇ, ਨਹੀਂ ਤਾਂ ਤੇਰਾ ਦੂਜਾ ਵਿਆਹ ਕਰਿਆ ਹੀ ਲੈ। ਮੈਂ ਵੀ ਦੇਖਦੀ ਹਾਂ ਕੌਣ ਰੋਕਦਾ ਮੈਨੂੰ, ਲਾਗੇ ਸਮਝ ਤੈਨੂੰ, ਸਮਝ ਆ ਇਸ ਗੱਲ ਨੂੰ। ਦੇਖਿਆ ਜੀ ਸ਼ਰਿਆਮ ਧਮਕੀਆਂ ਦੇ ਕੇ ਗਏ ਨੇ ਮੈਨੂੰ। ਕੋਈ ਗੱਲ ਨਹੀਂ ਚੰਨੋ, ਤੂੰ ਠੰਡ ਰੱਖ ਮਾੜੀ ਜੀ, ਆ ਬੇਬੇ ਨੇ ਜਿਹੜੀ ਜਵਾਕਾਂ ਵਾਂਗੂ ਹਿੰਡ ਫੜੀ ਆ ਨਾ, ਇਹਦੀ ਹਿੰਡ ਤਾਂ ਮੈਂ ਹੀ ਤੋੜੂ। ਚੱਕ ਚਾਹ ਪੀ ਜਗੀਰ, ਲੈ ਮੂੰਹ ਮਿੱਠਾ ਵੀ ਕਰ ਲੈ। ਫਿਰ ਮੈਨੂੰ ਉਲਾਂਭੇ ਦਿੰਦੀ, ਸਾਹ ਨਹੀਂ ਲੈਂਦੀ, ਲੱਡੂ ਨਹੀਂ ਖਵਾਏ, ਲੱਡੂ ਨਹੀਂ ਖਵਾਏ।
ਨਹੀਂ ਕਿਤੇ ਨਹੀਂ ਦੀਪੋ, ਤੈਨੂੰ ਅਲਾਂਭੇ ਦਿੱਤੀ। ਤੇਰੇ ਨਾਲ ਪਿਆਰ ਹੈ ਤਾਂ ਅਲਾਂਭੇ ਦਿੰਦੀ ਹੈਗੀ, ਨਹੀਂ ਮੇਰਾ ਕਿਹੜਾ ਦਿਲ ਕਰਦਾ ਤੈਨੂੰ ਅਲਾਂਭੇ ਦੇਣ ਨੂੰ। ਮਿੱਠਾ ਮੈਂ ਘੱਟ ਖਾਂਦੀ ਹਾਂ। ਨਹੀਂ ਖਾ ਲਾ, ਕੁਛ ਨਹੀਂ ਹੁੰਦਾ। ਫਿਰ ਕਹੇਂਗੀ ਲੱਡੂ ਨਹੀਂ ਖਵਾਏ। ਲੈ ਕੁੜੇ ਦੀਪੋ, ਫਿਰ ਤੂੰ ਕਹੇਂਗੀ ਲੱਡੂ ਖਾ ਗਈ, ਸ਼ਗਨ ਦੇ ਕੇ ਨਹੀਂ ਗਈ। ਨਹੀਂ ਲੈ ਫੜ ਪੈ। ਰਹਿਣ ਦੇ, ਸ਼ਗਨ ਨੂੰ ਕੀ ਆ ਉੱਥੇ, ਤੂੰ ਆ ਗਈ ਛਗਨੇ ਸ਼ਗਨ ਹੈ। ਓ ਮੇਰਾ ਫਰਜ਼ ਮੰਨਦਾ, ਇੰਨੇ ਕੁ ਤਾਂ ਤੂੰ ਰੱਖ ਹੀ ਲੈ। ਚਾਹੇ ਤੂੰ ਵਿਆਹ ਤਾਂ ਨਹੀਂ ਬੁਲਾਇਆ, ਫਿਰ ਵੀ ਸ਼ਗਨ ਦਾ ਤਾਂ ਮੇਰਾ ਹੱਕ ਬਣਦਾ। ਨਹੀਂ ਚੱਲ ਚੰਗਾ, ਨਹੀਂ ਆ ਤਾਂ ਖਾ ਕੇ ਚਲੇ ਜਾ। ਨਹੀਂ ਨਾ, ਮੇਰਾ ਤਾਂ ਦਿਲ ਨਹੀਂ ਕਰਦਾ, ਮੂੰਹ ਮਿੱਠਾ ਕਰਨਾ ਸੀ ਕਰ ਲਿਆ। ਚੰਗਾ ਫੇ, ਮਾਰੀ ਗੇੜਾ ਹੈ। ਹਾਂ ਹਾਂ, ਕੋਈ ਨਾ, ਲੰਘਦੀ ਟੱਪਦੀ ਆਊਂਗੀ। ਚੰਗਾ, ਮੈਂ ਵੀ ਆਊਂਗੀ। ਚੰਗਾ, ਆ ਜੀ ਤੂੰ। ਕੁੜੇ ਬਹੂ, ਆ ਮਟਰ ਆਪੇ ਹੀ ਕੱਢ ਲਾ। ਆ ਤੇਰੀ ਚਾਚੀ ਦੇ ਕੱਲ ਗੋਹਾ ਸੁੱਟਣ ਜਾਂਦੀ ਸੀ, ਕੋਈ ਉਹਦੇ ਸਕੂਟਰੀ ਮਾਰ ਗਿਆ, ਮੈਂ ਉਹਦਾ ਪਤਾ ਲੈ ਆਵਾਂ। ਆ ਲੈ ਕੱਢ ਲੈ ਮਟਰ, ਨਾਲੇ ਆ ਸ਼ਗਨਾਂ ਦੇ ਪੈਸੇ ਚੱਕ ਲਈ, ਨਾਲੇ ਆ ਗਲਾਸ ਵੀ ਚੱਕ ਲਈ ਚਾਹ ਵਾਲੇ। ਹੋਰ ਮੈਂ ਵੀ ਨਾਲੇ ਉਹਦੇ ਜਾਂਦੀ ਹਾਂ। ਚੰਨੋ, ਆ ਦੂਜੇ ਵਿਆਹ ਵਾਲੀ ਗੱਲ ਬੇਬੇ ਦਿਮਾਗ 'ਚੋਂ ਨਾ, ਇੱਕੋ ਇੱਕ ਬੰਦਾ ਜੋ ਕੱਢ ਸਕਦਾ, ਮਾਮਾ ਦਰਸ਼ਨ। ਬੇਬੇ ਮਾਮੇ ਦਰਸ਼ਨ ਦੀ ਗੱਲ ਕਦੇ ਨਹੀਂ ਮੋੜਦੇ। ਫਿਰ ਤੁਸੀਂ ਐਂ ਕਰੋ ਨਾ, ਮਾਮਾ ਜੀ ਨਾਲ ਗੱਲ ਕਰ ਲਓ, ਦੱਸ ਦਿਓ ਉਹਨਾਂ ਨੂੰ ਵੀ ਆਹ ਗੱਲ ਹੋ ਰਹੀ ਹੈ ਘਰੇ। ਉਹ ਯਾਰ, ਮੈਂ ਤਾਂ ਇਹ ਕਹਿੰਦਾ ਸੀ ਵੀ ਘਰ ਦੀ ਗੱਲ ਕਾਹਨੂੰ ਬਾਹਰ ਕੱਢਣੀ ਹੈ। ਜੇ ਗੱਲ ਘਰੋਂ ਬਾਹਰ ਹੋ ਗਈ ਨਾ, ਤਾਂ ਰਿਸ਼ਤੇਦਾਰਾਂ ਨੇ ਮੂੰਹ ਜੋੜ ਜੋੜ ਕੇ ਗੱਲਾਂ ਕਰਨੀਆਂ ਨੇ। ਮਾਮਾ ਜੀ ਕਿਹੜਾ ਬੇਗਾਨੇ ਨੇ, ਨਾਲੇ ਸਿਆਣਾ ਰਿਸ਼ਤੇਦਾਰ ਨਾ ਆਪਦੇ ਰਿਸ਼ਤੇਦਾਰ ਕਦੇ ਮਿੱਟੀ ਪਲੇਤ ਨਹੀਂ ਕਰਦਾ। ਤੁਸੀਂ ਗੱਲ ਤਾਂ ਕਰੋ ਮਾਮਾ ਜੀ ਨਾਲ, ਮੈਨੂੰ ਪੂਰਾ ਯਕੀਨ ਆ ਵੀ ਮਾਮਾ ਜੀ ਆਪਣਾ ਮਸਲਾ ਪੱਕਾ ਹੱਲ ਕਰ ਦੇਣਗੇ। ਚੱਲ ਠੀਕ ਆ, ਮੈਂ ਕਰਦਾ ਮਾਮੇ ਨਾਲ ਗੱਲ। ਕਰੋ। ਕਰਮਜੀਤ। ਹਾਂਜੀ। ਮੈਂ ਨਾ ਥੋੜਾ ਬਾਜ਼ਾਰ ਤੱਕ ਜਾ ਕੇ ਆਉਣਾ। ਠੀਕ ਆ ਜੀ। ਤੇ ਭੋਲਾ ਕਿੱਥੇ ਆ? ਉਹ ਟਿਊਸ਼ਨ ਗਿਆ ਜੀ। ਅੱਛਾ, ਜਦੋਂ ਆਊਗਾ ਉਹਨੂੰ ਕਹਿੰਦੀ ਮੱਝਾਂ ਨੂੰ ਪੱਠੇ ਪੁੱਠੇ ਪਾ ਦੂਗਾ। ਪੇਪਰਾਂ ਦੀ ਬਾਹਲੀ ਫਿਕਰ ਕਰਦਾ। ਅੱਛਾ ਅੱਛਾ। ਹਾਂਜੀ, ਮੈਨੂੰ ਕਹਿੰਦਾ ਐਤਕਿ ਮੈਂ ਫਸਟ ਆਉਣਾ। ਵਧੀਆ ਗੱਲ ਹੈ ਫਿਰ ਤਾਂ, ਪੜ੍ਹਾਈ ਦਾ ਫਿਕਰ ਤਾਂ ਹੈਗਾ ਉਹਨੂੰ। ਨਹੀਂ ਅੱਜ ਕੱਲ੍ਹ ਬਹੁਤੇ ਜਵਾਕ ਤਾਂ ਝਾਕਦੇ ਵੀ ਨਹੀਂ ਕਿਤਾਬਾਂ, ਕਿ ਨਹੀਂ ਜਾਂ ਫੋਨਾਂ 'ਚ ਬੜੇ ਰਹਿੰਦੇ ਨੇ ਜਾਂ ਮੌਜ ਮਸਤੀਆਂ ਦੇ ਬਸ। ਨਾ ਜੀ, ਆਪਣਾ ਭੁੱਲਾ ਤਾਂ ਕਈਆਂ ਤੋਂ ਚੰਗਾ, ਪੜ੍ਹਾਈ ਪਹਿਲਾਂ ਅਤੇ ਬਾਕੀ ਕੰਮ ਬਾਅਦ 'ਚ। ਪਤਾ ਮੈਨੂੰ ਕੀ ਕਹਿੰਦਾ ਸੀ? ਕਹਿੰਦਾ ਬੀਬੀ ਮੈਂ ਨਾ ਵੱਡਾ ਹੋ ਕੇ ਅਫਸਰ ਬਣਨਾ ਪੜ੍ਹ ਲਿਖ ਕੇ। ਕਰਮਜੀਤ, ਚੱਲ ਫਿਰ ਤਾਂ ਵਧੀਆ ਗੱਲ ਆ, ਜੇ ਆਪਣਾ ਭੋਲਾ ਪੜ੍ਹ ਕੇ ਵੱਡਾ ਅਫਸਰ ਲੱਗ ਗਿਆ, ਆਪਣੀ ਤਾਂ ਸਾਰੇ ਪਿੰਡ 'ਚ ਟੌਰ ਬਣ ਜੂਗੀ। ਨਾਲੇ ਲੋਕ ਕਿਹਾ ਕਰਨਗੇ ਵੀ ਆਓ ਜਾਂਦੇ ਨੇ ਅਫਸਰ ਦੇ ਮਾਂ ਬਾਪ। ਐਂ ਕਰ, ਫਟਾਫਟ ਇੱਕ ਚਾਹ ਦਾ ਕੱਪ ਲਿਆ, ਮੈਂ ਸ਼ਹਿਰ ਜਾ ਕੇ ਆਉਣਾ। ਠੀਕ ਆ, ਫਟਾਫਟ ਕਰ। ਜੀ ਆ ਫੋਨ ਵੱਜਿਆ ਤੁਹਾਡਾ। ਕਿਹਦਾ ਫੋਨ? ਕਰ ਲਓ ਗੱਲ। ਹੈਲੋ। ਸਤਿ ਸ਼੍ਰੀ ਅਕਾਲ ਮਾਮਾ ਜੀ, ਜੱਗਾ ਬੋਲਦਾ। ਉਹ ਹੋਰ ਭਾਣਜਾ, ਕੀ ਹਾਲ ਚਾਲ ਆ?
ਹੋਰ ਸੁਣਾ ਪੁੱਤਰ ਕਿਵੇਂ? ਓਏ ਅੱਜ ਮਾਮੇ ਦੀ ਯਾਦ ਕਿਵੇਂ ਆ ਗਈ? ਬਸ ਮਾਮਾ ਜੀ, ਦਿਲ ਕਰਾਇਆ ਤੁਹਾਡੇ ਨਾਲ ਗੱਲ ਕਰਨ ਨੂੰ। ਹੋਰ ਸੁਣਾਓ, ਮਾਮੀ ਜੀ ਠੀਕ ਨੇ? ਆਪਣੇ ਭੋਲੇ ਦੀ ਪੜ੍ਹਾਈ ਕਿਵੇਂ ਚੱਲਦੀ ਹੈ? ਹਾਂ ਮਾਮੀ ਵੀ ਤੇਰੀ ਮਾਰਦੀ ਅੱਠੋ ਅੱਠ, ਵਧੀਆ। ਕਾਇਮ ਆ, ਭੋਲਾ ਗਿਆ ਟਿਊਸ਼ਨ 'ਤੇ? ਹਾਂ ਉਹਦੇ ਪੇਪਰ ਨੇ ਨਾ ਹੁਣ, ਤੂੰ ਆਪਦੀ ਦੱਸ ਕਿਵੇਂ ਚੱਲਦਾ ਕੰਮ ਕਰ? ਸਾਰੇ ਖੈਰ ਸੁੱਖਾ? ਘਰੇ ਸਭ ਠੀਕ ਠਾਕ ਆ? ਉਹ ਰਹਿੰਦੇ ਤਾਂ ਠੀਕ ਠਾਕ ਆ ਮਾਮਾ, ਪਰ ਇੱਕ ਪੰਗਾ ਜਿਹਾ ਪੈ ਗਿਆ, ਮੈਂ ਤਾਂ ਫੋਨ ਕਰਿਆ ਸੀ। ਉਹ ਕੀ ਗੱਲ ਭਾਣ ਜਿਹਾ? ਸੁੱਖਾ? ਉਹ ਸੁੱਖ ਕਾਹਦੀ ਮਾਮਾ ਜੀ, ਪਹਿਲਾਂ ਮੈਨੂੰ ਐਂ ਦੱਸੋ, ਤੁਸੀਂ ਆਉਣਾ ਕਦੋਂ ਸਾਡੇ ਕੋਲ? ਦੇਖ ਆਉਣਾ ਤਾਂ ਹਜੇ ਮੈਂ ਠਹਿਰ ਕੇ ਸੀ ਤੇਰੇ ਕੋਲ, ਜੇ ਕੋਈ ਬਾਹਲੀ ਐਮਰਜੈਂਸੀ ਆ ਫਿਰ ਮੈਂ ਤੜਕੇ ਆ ਜਾਂਦਾ। ਤੂੰ ਇੱਕ ਵਾਰੀ ਗੱਲ ਦੱਸ ਮੈਨੂੰ ਕੀ ਹੋਈ ਆ? ਉਹ ਕਿਤੇ ਬਹੂ ਨਾਲ ਤਾਂ ਝਗੜਾ ਝੁਗੜਾ ਹੋ ਗਿਆ? ਉਹ ਨਹੀਂ ਮਾਮਾ ਜੀ, ਚੰਨੋ ਨਾਲ ਤਾਂ ਕੋਈ ਝਗੜਾ ਨਹੀਂ ਹੋਇਆ। ਤੁਸੀਂ ਐਂ ਕਰੋ, ਤੁਸੀਂ ਕੱਲ੍ਹ ਆ ਜਾਓ, ਆ ਥੋੜ੍ਹਾ ਜਿਹਾ ਬੇਬੇ ਨੂੰ ਸਮਝਾ ਕੇ ਜਾਓ, ਤੁਹਾਨੂੰ ਤਾਂ ਪਤਾ ਹੀ ਹੈ ਮਾਮਾ ਜੀ ਮੇਰੇ ਵਿਆਹ ਨੂੰ 3 ਸਾਲ ਹੋ ਗਏ। ਆ ਜਵਾਕ ਨਾ ਹੋਣ ਕਰਕੇ ਬੇਬੇ ਚੰਨੋ ਨਾਲ ਲੜਦੀ ਰਹਿੰਦੀ ਹੈ। ਹੁਣ ਤੁਸੀਂ ਦੱਸੋ ਮਾਮਾ ਜੀ, ਇਹਦੇ 'ਚ ਚੰਨੋ ਦਾ ਕੀ ਕਸੂਰ? ਉਹ ਇਹ ਤਾਂ ਕਮਲੀ ਆ ਭਾਣ ਜੇ, ਤੈਨੂੰ ਮੈਂ ਦੱਸਾਂ, ਇਹਦਾ ਪਹਿਲੇ ਦਿਨ ਹੀ ਇਹੀ ਕੰਮ ਆ। ਔਰ ਇਹ ਸਾਡੇ ਕੋਲ ਕਿਹੜਾ ਘੱਟ ਕਰਦੀ ਜੀ, ਉਹ ਨਾਲੇ ਇਹਨੇ ਤੁਹਾਡੇ ਅੱਖੇ ਨਹੀਂ ਲੱਗਣਾ, ਇਹਨੂੰ ਮੈਂ ਸਮਝਾ ਕੇ ਜਾਊਂਗਾ। ਹਾਂ ਕੋਈ ਨਹੀਂ, ਮੈਂ ਸਵੇਰੇ ਆ ਜਾਂਦਾ, ਆ ਕੇ ਕਰਦਾ ਗੱਲ। ਅਸੀਂ ਤਾਂ ਟੈਸਟ ਕਰਾ ਕਰਾ ਕੇ ਦਵਾਈਆਂ ਦਵਾ ਦਵਾ ਕੇ ਹੰਭੇ ਪਏ ਹਾਂ, ਅਸੀਂ ਤਾਂ ਬਥੇਰੇ ਹਸਪਤਾਲ ਗਾਲੇ, ਥਾਂ ਥਾਂ 'ਤੇ ਮੱਥੇ ਰਗੜ ਕੇ ਦੇਖ ਲਏ, ਬਥੇਰੇ ਬਾਬਿਆਂ ਦੇ ਚੌਂਕੀਆਂ ਭਰ ਭਰ ਦੇਖ ਲਈਆਂ, ਕੋਈ ਥਾਂ ਨਹੀਂ ਛੱਡੀ, ਪਰ ਕਿਤੋਂ ਖੈਰ ਪੱਲੇ ਨਹੀਂ ਪੈ ਰਹੇ। ਬੇਬੇ ਮੈਨੂੰ ਕਹਿੰਦੀ ਆ, ਕਹਿੰਦੀ ਜੇ ਤੇਰੀ ਬਹੂ ਕੋਲ ਜਵਾਕ ਨਾ ਹੋਇਆ ਨਾ ਤਾਂ ਮੈਂ ਤੇਰਾ ਦੂਜਾ ਵਿਆਹ ਕਰ ਦੂੰਗੀ। ਹੁਣ ਤੂੰ ਹੀ ਦੱਸ ਮਾਮਾ, ਨਾ ਇਹ ਕੋਈ ਖੇਡ ਆ? ਉਹ ਜੱਗੇ ਦੇਖ, ਬੇਸ਼ੱਕ ਇਹ ਤੇਰੀ ਮਾਂ, ਉਹ ਭੈਣ ਤਾਂ ਮੇਰੀ ਹੋਆ ਤੇਰੇ ਤੋਂ ਪਹਿਲਾਂ, ਮੈਂ ਇਹਦੀ ਰਗ ਰਗ ਤੋਂ ਵੱਖ ਵਾਂ। ਚੱਲ ਕੋਈ ਨਾ, ਤੂੰ ਬਾਹਲਾ ਫਿਕਰ ਨਾ ਕਰ, ਮੈਂ ਸਵੇਰੇ ਟਾਈਮ ਨਾਲੇ ਆਊਂਗਾ, ਫਿਰ ਆਪਾਂ ਬਹਿ ਕੇ ਕਰਦੇ ਹਾਂ ਗੱਲ, ਬਾਹਲੀ ਟੈਨਸ਼ਨ ਨਾ ਲਈ ਤੂੰ। ਚੱਲ ਚੰਗਾ ਮਾਮਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਕਹਿੰਦਾ ਸੀ ਜੱਗਾ? ਉਹ ਜੱਗੇ ਨੇ ਕੀ ਕਹਿਣਾ ਸੀ, ਕਹਿੰਦਾ ਗੇੜਾ ਮਾਰ ਕੇ ਜਾ ਮਾਮਾ, ਉਹ ਤੈਨੂੰ ਪਤਾ ਹੀ ਆ ਦੀਪੋ ਭੈਣ ਦੀ ਆਦਤਾਂ ਦਾ, ਐਵੇਂ ਬਸ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਨਾ ਜਵਾਕਾਂ ਨਾਲ ਲੜੀ ਜਾਂਦੀ ਆ। ਲੈ ਦੱਸ, ਆਪਦੇ ਜਵਾਕਾਂ ਨਾਲ ਵੀ ਕੋਈ ਲੜਦਾ ਹੁੰਦਾ? ਤੈਨੂੰ ਪਤਾ ਹੀ ਆ ਉਹਦੀਆਂ ਆਦਤਾਂ ਦਾ, ਇੱਥੇ ਕਿਹੜਾ ਘੱਟ ਕਰਦੀ ਦੀ ਉਹ। ਭਾਵੇਂ ਤੁਹਾਨੂੰ ਗੁੱਸਾ ਹੀ ਲੱਗੇ ਜੀ, ਦੀਪੋ ਭੈਣ ਦਾ ਸੁਭਾਅ ਜਮਾਂ ਹੀ ਮੈਨੂੰ ਪਸੰਦ ਨਹੀਂ ਸੀ। ਗੱਲ ਗੱਲ 'ਤੇ ਟੋਕਣ ਦੀ ਆਸ ਸੀ, ਭਾਬੀ ਆਹ ਕਰ ਲਾ, ਭਾਬੀ ਉਹ ਕਰ ਲਾ, ਹੋਰ ਤਾਂ ਹੋਰ ਮੇਰੇ ਸੂਟਾਂ 'ਚ ਵੀ ਨੁਕਸ਼ ਕੱਢਦੀ ਸੀ। ਮੈਂ ਤਾਂ ਸੁੱਖ ਦਾ ਸਾਹ ਲਿਆ ਜਿੱਦਣ ਦੀ ਆਪਣੇ ਘਰ ਗਈ। ਉਹਦਾ ਤਾਂ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਵੀ ਉਹਦੀ ਆਦਤ ਆ ਬੋਲਣ ਦੀ। ਚੱਲ ਜੀਜੇ ਨੂੰ ਤਾਂ ਭੇਤ ਤੀ ਉਹਦਾ, ਹੁਣ ਜੱਗੇ ਦੀ ਬਹੂ ਵਿਚਾਰੀ ਕੱਲ੍ਹ ਆਈ ਆ, ਉਹਨੂੰ ਕੀ ਪਤਾ ਉਹਦੇ ਬਾਰੇ, ਉਹਨੂੰ ਦੁਖੀ ਕਰਕੇ ਰੱਖਦੀ ਆ। ਉਹਨੂੰ ਕਹਿੰਦੀ ਜੱਗੇ ਦਾ ਦੂਜਾ ਵਿਆਹ ਕਰੂੰਗੀ। ਲੈ ਦੱਸ ਕਿੱਦਾਂ ਦਾ ਦਿਮਾਗ ਭੈਣ ਜੀ ਦਾ, ਐ ਥੋੜ੍ਹੀ ਦੂਜਾ ਵਿਆਹ ਹੋ ਜੂਗਾ, ਇਹ ਕੋਈ ਖੇਡ ਥੋੜ੍ਹੀ ਆ ਗੁੱਡੇ ਗੁੱਡੀ ਦੀ। ਹੋਰ ਕਿ ਦੂਜਾ ਵਿਆਹ ਕਰ ਦੂਗੀ, ਆ ਜੱਗੇ ਦੀ ਉਹਦੇ ਜਵਾਕ ਨਹੀਂ ਨਾ ਹੋਇਆ ਤਾਂ ਕਰਕੇ ਕਹਿੰਦੀ ਆ। ਇਹ ਹੁਣ ਉਹਦਾ ਕਸੂਰ ਥੋੜ੍ਹੀ ਆ, ਜੇ ਬੱਚਾ ਨਹੀਂ ਹੋਇਆ ਤਾਂ ਪਰਮਾਤਮਾ ਦੀ ਮਰਜ਼ੀ ਆ। ਹੁਣ ਉਹਨੂੰ ਕੌਣ ਸਮਝਾਵੇ, ਹੋ ਜੂਗਾ, ਬਥੇਰਾ ਟਾਈਮ ਪਿਆ ਹਜੇ। ਦੀਪੋ ਭੈਣ ਤਾਂ ਕਾਲੀ ਪੈ ਜਾਂਦੀ ਆ, ਆਪਣਾ ਭੋਲਾ ਦੇਖ ਲਓ, ਵਿਆਹ ਤੋਂ 5 ਸਾਲ ਬਾਅਦ ਹੋਇਆ ਸੀ। ਕਰਮਜੀਤ ਆਪੋ ਆਪਣੀ ਸਮਝ ਹੁੰਦੀ ਆ ਬੰਦੇ ਦੀ। ਚੱਲ ਮੈਂ ਤੜਕੀ ਜਾ ਕੇ ਆਊਂਗਾ, ਚੰਗਾ ਹੁਣ ਮੈਂ ਮਾੜਾ ਜਿਹਾ ਜਾਇਆ ਮੈਂ ਸ਼ਹਿਰ।
ਭੋਲੇ ਨੂੰ ਕਹਿੰਦੀ ਕੱਖ ਪਾ ਦੂਗਾ ਜਾਂ ਤੂੰ ਚਾਹ ਫੜ ਕੇ ਲਿਆ। ਚਲੋ ਠੀਕ ਹੈ ਜੀ। ਇਹ ਦੀਪੋ ਭੈਣ ਵੀ ਨਾ ਜਮਾਂ ਹੀ ਕਮਲੀ ਆ, ਸਮੇਂ ਦੇ ਨਾਲ ਬੰਦੇ ਨੂੰ ਸੁਧਰਨਾ ਚਾਹੀਦਾ। ਇਹ ਕਿਹੜੀਆਂ ਗੱਲਾਂ ਨੇ ਅੱਜ ਕੱਲ੍ਹ? ਕੀ ਕਹਿੰਦੇ ਮਾਮਾ ਜੀ? ਮਾਮਾ ਜੀ ਸਵੇਰੇ ਆਉਣਗੇ ਪਹਿਲੇ ਟਾਈਮ, ਕਹਿੰਦਾ ਮੈਂ ਕਰਦਾ ਤੇਰੀ ਮਾਂ ਨਾਲ ਗੱਲ, ਕਹਿੰਦਾ ਤੇਰੀ ਮਾਂ ਨੇ ਤੁਹਾਡੇ ਤੋਂ ਨਹੀਂ ਠੀਕ ਆਉਣਾ। ਚੱਲ ਵਧੀਆ ਹੋਇਆ, ਕੀ ਪਤਾ ਮੰਮੀ ਜੀ ਦੇ ਦਿਮਾਗ 'ਚ ਮਾਮਾ ਜੀ ਦੀ ਗੱਲ ਪੈ ਹੀ ਜਾਵੇ। ਚਲੋ ਬਾਹਰੋਂ ਗੇਟ ਖੜਕੇ ਦੇਖਿਓ ਭਲਾ ਕੌਣ ਹੈ। ਮੈਂ ਦੇਖਦਾ ਕੌਣ। ਆਓ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਪੁੱਤ, ਹੋਰ ਠੀਕ ਹੈ? ਹੋਰ ਮਾਤਾ ਠੀਕ ਹੋ? ਹਾਂ, ਜਿਉਂਦਾ ਰਹਿ ਪੁੱਤ। ਆ ਜਾਓ ਅੰਦਰ। ਡੈਡੀ ਜੀ, ਮੰਮੀ ਜੀ ਕਿਵੇਂ ਹੋ? ਠੀਕ ਹੈ ਪੁੱਤ, ਠੀਕ ਹੈ। ਕਿਵੇਂ ਹੋ ਮੰਮੀ? ਹਾਂ ਪੁੱਤ ਵਧੀਆ, ਤੂੰ ਦੱਸ ਪੁੱਤ ਕਿਵੇਂ ਤੂੰ? ਠੀਕ ਹੈ ਮੰਮੀ। ਮੇਰੇ ਤਾਂ ਦਿਲ ਨੂੰ ਪੁੱਤ ਖੋਈ ਵਾਲੀ ਪਈ ਜਾਂਦੀ ਸੀ। ਮੈਂ ਤੇਰੇ ਡੈਡੀ ਨੂੰ ਕਿਹਾ, ਮੈਂ ਕਿਹਾ ਮੈਨੂੰ ਚੰਨੋ ਨੂੰ ਮਿਲਾ ਕੇ ਲਿਆਓ। ਚੱਲ ਵਧੀਆ ਕੀਤਾ ਮੰਮੀ, ਮੇਰਾ ਵੀ ਦਿਲ ਹੋਰ ਉਜੇ ਕਰੀ ਜਾਂਦਾ ਸੀ। ਐਂ ਕਰੋ ਤੁਸੀਂ ਅੰਦਰ ਜਾ ਕੇ ਬੈਠੋ, ਅਸੀਂ ਚਾਹ ਬਣਾ ਕੇ ਲਿਆਉਂਦੀ ਹਾਂ। ਆ ਜਾ ਮੰਮੀ, ਚੱਲ ਚੱਲ। ਆ ਜਾਓ ਡੈਡੀ ਜੀ, ਇੱਧਰ ਆ ਜਾਓ। ਜੱਗੇ ਪੁੱਤ, ਤੇਰੇ ਮੰਮੀ ਡੈਡੀ ਨੂੰ ਦਿਖਾਈ ਦਿੰਦੇ, ਗਏ ਹੋਏ ਨੇ ਕਿਤੇ? ਹਾਂ ਡੈਡੀ ਜੀ, ਉਹ ਸ਼ਹਿਰ ਤੱਕ ਗਏ ਨੇ, ਸ਼ਾਮ ਤੱਕ ਮੁੜ ਕੇ ਆਉਣਗੇ। ਤੁਸੀਂ ਤਾਂ ਅੱਜ ਰਹੋਗੇ ਨਾ ਸਾਡੇ ਕੋਲ? ਉਹ ਨਾ ਨਾ ਪੁੱਤ, ਘਰ ਤਾਂ ਸੁਣਨਾ ਪਿਆ ਸਾਰਾ, ਤੈਨੂੰ ਪਤਾ ਹੀ ਹੈ ਅੱਜ ਕੱਲ੍ਹ ਨਸ਼ੇੜੀਆਂ ਦਾ, ਚੋਰੀਆਂ ਚਕਾਰੀਆਂ ਜ਼ਿਆਦਾ ਵੱਧ ਗਈਆਂ। ਜੇ ਉਹਨਾਂ ਨੂੰ ਕੁਛ ਨਾ ਲੱਭਿਆ ਨਾ, ਪਤੰਦਰ ਟੂਟੀਆਂ ਖੋਲ੍ਹ ਕੇ ਲੈ ਜਾਂਦੇ ਨੇ। ਪੁੱਤ ਚੰਨੋ, ਹੁਣ ਤਾਂ ਨਹੀਂ ਤੇਰੀ ਸੱਸ ਤੈਨੂੰ ਕੁਛ ਬੋਲੀ? ਲੈ ਮੰਮੀ, ਕਹਿੰਦੀ ਕਿਉਂ ਨਹੀਂ, ਉਹ ਤਾਂ ਰੋਜ਼ ਦਾ ਕੰਮ ਹੋਇਆ ਪਿਆ। ਨਾਲੇ ਅੱਜ ਇਹਨਾਂ ਨੇ ਮਾਮਾ ਜੀ ਨੂੰ ਫੋਨ ਕਰਿਆ ਸੀ, ਉਹ ਕਹਿੰਦੇ ਸੀ ਮੈਂ ਸਮਝਾ ਕੇ ਦੇਖੂੰਗਾ, ਉਹਨਾਂ ਦੀ ਗੱਲ ਮੋੜਦੇ ਨਹੀਂ ਹੈਗੇ ਮੰਮੀ ਜੀ। ਚੱਲ ਵਧੀਆ ਧੀਏ, ਜੇ ਚਾਰ ਰਿਸ਼ਤੇਦਾਰ ਸਮਝਾਉਣਗੇ ਕੀ ਪਤਾ ਉਹਨਾਂ ਦੀ ਗੱਲ ਮੰਨੀ ਜਾਵੇ। ਚੱਲ ਜੱਗਾ ਤਾਂ ਤੇਰੇ ਹੱਥ 'ਚ ਹੈ ਨਾ, ਤੂੰ ਉਹਨੂੰ ਹੱਥ 'ਚ ਰੱਖੀ ਪੁੱਤ, ਬਾਕੀਆਂ ਦੀ ਪਰਵਾਹ ਹੀ ਨਾ ਕਰ ਤੂੰ। ਮੰਮੀ ਜੀ ਉਹ ਤਾਂ ਹੱਥ 'ਚ ਹੀ ਨੇ, ਉਹ ਥੋੜ੍ਹੀ ਨਾ ਕਹਿੰਦੇ ਨੇ ਮੈਂ ਦੂਜਾ ਵਿਆਹ ਕਰਾਉਣਾ, ਉਹ ਤਾਂ ਬਸ ਮੇਰੇ ਸੱਸ ਦੇ ਹੀ ਅੱਗ ਲੱਗੀ ਹੋਈ ਹੈ ਦੂਜੇ ਵਿਆਹ ਲਈ। ਡੈਡੀ ਵਿਚਾਰੇ ਉਹਨਾਂ ਦੀ ਹਾਂ 'ਚ ਹਾਂ ਮਿਲਾ ਦਿੰਦੇ ਨੇ, ਉਹਨਾਂ ਨੂੰ ਪਤਾ ਇਹਨੇ ਕਲੇਸ਼ ਕਰਨਾ ਬਾਅਦ 'ਚ, ਉਹ ਵਿਚਾਰੇ ਕੀ ਕਰ ਸਕਦੇ ਨੇ। ਇਹ ਤਾਂ ਗੱਲ ਹੈ ਪੁੱਤ। ਚੱਲ ਚਾਹ ਲੈ ਕੇ ਚੱਲੀ। ਹਾਂ ਚਾਹ ਪਾ ਲੈ ਤੂੰ। ਜੱਗੇ ਪੁੱਤ, ਜਿਹੜੇ ਘਰ ਵਿੱਚ ਨਾ ਜਨਾਨੀ ਦੀ ਪ੍ਰਧਾਨਗੀ ਚੱਲਦੀ ਹੈ, ਉਹ ਘਰ ਦਾ ਭੱਠਾ ਬੈਠਣਾ ਕੋਈ ਰੋਕ ਹੀ ਨਹੀਂ ਸਕਦਾ। ਉਹੀ ਕੰਮ ਤੁਹਾਡੇ ਘਰ ਦਾ ਹੋਇਆ ਪਿਆ ਸਾਰਾ। ਉਹ ਪੁੱਤ, ਉਹ ਤੁਸੀਂ ਦੋਏ ਪੜ੍ਹੇ ਲਿਖੇ ਹੋ, ਸਮਝਦਾਰ ਹੋ, ਤੁਸੀਂ ਜਿਹੜਾ ਫੈਸਲਾ ਕਰਨਾ ਨਾ ਆਪਦੀ ਸਮਝਦਾਰੀ ਨਾਲ ਕਰਨਾ, ਕਿਸੇ ਦੇ ਕਹੇ ਕਹੇ ਨਾ ਆਪਦਾ ਘਰ ਨਾ ਖਰਾਬ ਕਰ ਲਿਓ। ਹੈਂ, ਜਾਂ ਕਿਸੇ ਦੀ ਚੱਕ ਜਾ ਕੇ ਉਈ ਨਾ ਘਰ ਖਰਾਬ ਕਰ ਲਿਓ ਆਪਣਾ। ਉਹ ਨਹੀਂ ਡੈਡੀ ਜੀ, ਜਲਦਬਾਜ਼ੀ ਤਾਂ ਅਸੀਂ ਵੀ ਨਹੀਂ ਕਰਦੇ। ਆ ਇੱਕ ਬੇਬੇ ਨੂੰ ਛੱਡ ਕੇ ਨਾ ਹੋਰ ਇਸ ਘਰ 'ਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਬਸ ਆ ਬੇਬੇ ਹੀ ਕਹਿੰਦੀ ਰਹਿੰਦੀ ਹੈ,
ਮੈਂ ਇੱਦਾਂ ਕਰਨਾ, ਮੈਂ ਉੱਦਾਂ ਕਰਨਾ। ਆ ਲਓ ਜੀ ਚਾਹ, ਚਾਹ ਆ ਗਈ। ਆ ਜਾ ਬਲਵਿੰਦਰ ਉਰੇ ਆ ਜਾ, ਚਾਹ ਪੀ ਲਓ ਡੈਡੀ ਜੀ। ਜੱਗੇ ਪੁੱਤ ਚੰਨੋ, ਰੱਬ 'ਤੇ ਨਾ ਭਰੋਸਾ ਰੱਖੋ। ਮੇਰਾ ਦਿਲ ਕਹਿੰਦਾ ਉਹ ਤੁਹਾਡੀ ਜ਼ਰੂਰ ਸੁਣੂਗਾ, ਤੁਹਾਡੀ ਝੋਲੀ ਖੁਸ਼ੀਆਂ ਨਾਲ ਜ਼ਰੂਰ ਭਰੂਗਾ। ਪੁੱਤ ਕੋਈ ਗੱਲ ਨਹੀਂ ਬੇਬੇ, ਸਾਡੇ ਦੋਹਾਂ ਦੇ ਮਨ 'ਚ ਕੋਈ ਫਰਕ ਨਹੀਂ। ਅਸੀਂ ਤਾਂ ਉਸ ਪਰਮਾਤਮਾ 'ਤੇ ਡੋਰੀਆਂ ਛੱਡੀਆਂ ਹੋਈਆਂ ਨੇ, ਬਾਕੀ ਜਿਵੇਂ ਲਿਖਿਆ ਨਾ ਉਵੇਂ ਹੋਣਾ। ਚੱਲ ਠੀਕ ਆ ਪੁੱਤ, ਸਾਡਾ ਤਾਂ ਮਨ ਕਰਿਆ ਵੀ ਚੱਲ ਗੇੜਾ ਮਾਰ ਕੇ ਆਉਣੇ। ਤੇਰੀ ਮੰਮੀ ਦਾ ਨਾ ਦਿਲ ਜਾ ਘਬਰਾਉਂਦਾ ਤੇ ਕਹਿੰਦੀ ਮੈਂ ਚੰਨੋ ਦੇ ਪ੍ਰਾਹੁਣੇ ਨੂੰ ਮਿਲ ਕੇ ਆਉਣਾ। ਤੇਰੇ ਮੰਮੀ ਡੈਡੀ ਤਾਂ ਆਉਣਗੇ ਹੁਣ ਲੇਟ, ਨਹੀਂ ਤਾਂ ਉਹਨਾਂ ਨੂੰ ਮਿਲ ਕੇ ਵਗ ਜਾਂਦੇ। ਸਾਡੀ ਪੁੱਤ ਲੰਘ ਜੂਗੀ ਬਸ, ਹੁਣ ਸਾਨੂੰ ਛੁੱਟੀਆਂ ਦਿਓ। ਮੈਂ ਤਾਂ ਕਹਿੰਦਾ ਅੱਜ ਰਹਿੰਦੇ, ਸਵੇਰੇ ਚਲੇ ਜਾਂਦੇ। ਨਾ ਪੁੱਤ, ਤੈਨੂੰ ਦੱਸਿਆ ਨਾ ਘਰ ਸੁਣਨਾ ਛੱਡਿਆ ਹੋਇਆ। ਚੱਲ ਚੰਗਾ ਧੀਏ, ਹੌਂਸਲਾ ਰੱਖੀ ਤੂੰ, ਉਹਦੇ ਘਰ ਦੇਰ ਆ, ਨੇਰ ਨਹੀਂ। ਚੰਗਾ ਪੁੱਤ ਮੈਂ ਚੱਲਦੀ ਹਾਂ, ਜੇ ਕੋਈ ਗੱਲਬਾਤ ਹੋਈ ਤਾਂ ਮੈਨੂੰ ਫੋਨ ਕਰ ਦੀ, ਠੀਕ ਹੈ? ਠੀਕ ਹੈ ਮੰਮੀ ਜੀ। ਚੱਲ ਚੰਗਾ ਮੰਮੀ। ਚੰਗਾ ਪੁੱਤ, ਠੀਕ ਹੈ। ਚੰਗਾ ਪੁੱਤ, ਚੰਗਾ ਮਾਤਾ, ਚੱਲ ਚੰਗਾ ਧੀਆ, ਚੱਲਦੇ ਹਾਂ। ਚੰਗਾ ਪੁੱਤ, ਚੱਲ ਵੀ ਚੱਲੀਏ। ਦੇਖੀ ਜੀ ਮੰਮੀ ਉਹਨਾਂ ਨੂੰ ਕਿੰਨਾ ਫਿਕਰ ਆ ਨਾ ਮੇਰਾ। ਲੈ ਜੇ ਫਿਕਰ ਮਾਂ ਪਿਓ ਨੂੰ ਹੋਊਗਾ ਹੋਰ ਕਿਹਨੂੰ ਹੋਊਗਾ, ਉਹ ਮਾਂ ਪਿਓ ਨੂੰ ਤਾਂ ਫਿਕਰ ਹੁੰਦਾ ਹੀ ਆ। ਇਹਦੇ ਨਹੀਂ ਹੁੰਦਾ ਜਵਾਕ ਜਵੂਕ, ਚਾਹੇ ਇੱਕ ਵਾਰੀ ਕਹਾ ਲਓ ਮੇਰੇ ਤੋਂ, ਚਾਹੇ 100 ਵਾਰੀ ਕਹਾ ਲਓ, 2-4 ਸਾਲ ਹੋਰ ਲੰਘ ਗਏ ਨਾ, ਇੱਥੋਂ ਨਾ ਉੱਜੜੀ ਜਾਂ ਨਾ ਜਵਾਕ ਹੋਇਆ, ਇੱਥੇ ਮੁੰਡੇ ਨੇ ਬੁੱਢਾ ਹੋ ਜਾਣਾ, ਦੇਖ ਲਿਓ ਫੇਰ ਨਹੀਂ ਤੇ ਆਉਂਦਾ ਰਿਸ਼ਤਾ। ਉਹ ਗਿੱਦੜਾਂ ਦੀ ਕਾਲੀ ਜੀ ਕਦੇ ਖਰਬੂਜੇ ਨਹੀਂ ਪੱਕਦੇ ਹੁੰਦੇ, ਮੜੀ ਜੀ ਟਿਕਈ ਰੱਖ। ਬਸ ਇੱਕੋ ਹੀ ਲੱਤ ਤੁਹਾਡੇ ਸਭ ਮੂੰਹ 'ਤੇ, ਹੋਰ ਕੋਈ ਗੱਲ ਹੀ ਨਹੀਂ। ਲੈ ਮੇਰਾ ਵੀਰਾ ਆਇਆ। ਉਹ ਆ ਵੀ ਦਰਸ਼ਨ ਸਿਆਣਾ, ਵਧੀਆ ਵਧੀਆ। ਹੋਰ ਜੀਜਾ ਬਹਿ ਜਾ। ਹੋਰ ਸੁਣਾ ਭੋਲਾ ਤੇ ਭਾਬੀ ਠੀਕ? ਵਧੀਆ ਵਧੀਆ ਭੈਣੇ, ਹੋਰ ਆਪਣਾ ਸੁਣਾਓ, ਸਾਰਾ ਲਾਣਾ ਬਾਣਾ ਠੀਕ ਆ? ਲਾਣਾ ਬਾਣਾ ਠੀਕ ਹੈ। ਤੈਨੂੰ ਕਿਵੇਂ ਭੈਣ ਦਾ ਘਰ ਤੇ ਆ ਗਿਆ? ਲੈ ਹੱਦ ਹੋ ਗਈ ਭੈਣੇ, ਹੋਰ ਭਰਾ ਭੈਣਾਂ ਦੇ ਘਰੇ ਆਉਂਦੇ ਹੁੰਦੇ ਨੇ, ਤਾਂ ਹੀ ਤੀਜੇ ਦਿਨ ਗੇੜਾ ਮਾਰ ਲੈਣਾ। ਓਹੋ, ਅੱਛਾ ਪਹਿਲਾਂ ਦੱਸ ਚਾਹ ਲਿਆਵਾਂ ਕਿ ਨਿੰਬੂ ਪਾਣੀ ਲਿਆਵਾਂ? ਤੂੰ ਐਂ ਕਰ ਭੈਣੇ, ਪਹਿਲਾਂ ਠੰਡਾ ਜਿਹਾ ਪਾਣੀ ਲਿਆ, ਗਰਮੀ ਬਹੁਤ ਹੋ ਰਹੀ ਆ। ਲਿਆਉਣੀ ਆ ਫਿਰ ਪੀਵਾਂਗੇ ਚਾਹ। ਓਏ ਹੋਰ ਚੀਜ਼ਾਂ ਤਕੜਾ? ਉਹ ਤਕੜੀ ਆ ਭਾਈ, ਜਿਹੜਾ ਤੁਹਾਡੇ ਦਿੱਤੇ ਹੋਏ ਤੂਫਾਨ ਨੂੰ ਸਾਹਮਣੇ ਬੈਠਾ 30 ਸਾਲ ਤੋਂ। ਜੀਜਾ ਤੇਰੀ ਮਜ਼ਾਕ ਕਰਨ ਦੀ ਆਦਤ ਗਈ ਨਹੀਂ ਹੈਗੀ ਦੇਖ ਲਾ ਨਾ। ਉਹ ਤੈਨੂੰ ਮਜ਼ਾਕ ਲੱਗਦਾ ਹੈ, ਮੈਨੂੰ ਪੁੱਛ ਕੇ ਦੇਖ। ਕੀ ਕਹੀ ਜਾਂਦੇ ਹੋ ਮੇਰੇ ਭਾਈ ਨੂੰ? ਉਹ ਕੁਛ ਨਹੀਂ, ਅਸੀਂ ਤਾਂ ਉਹ ਮੈਂ ਤਾਂ ਇਹਨੂੰ ਐਂ ਕਹਿੰਦਾ ਸੀ ਵੀ ਜਿਹੜਾ ਤੁਹਾਨੂੰ ਪਾਪ ਕਰਿਆ ਨਾ ਇਹਦਾ ਤੁਹਾਨੂੰ ਸਰਾਫ ਲੱਗਣਾ। ਦੇਖ ਲਾ ਭੈਣੇ, ਹਟਦੇ ਨਹੀਂ ਫਿਰ ਤੁਸੀਂ ਹੈ ਨਾ? ਉਹ ਹੱਸਦੇ ਆ ਅਸੀਂ ਤਾਂ, ਸਾਡੀ ਭੈਣ ਨੇ ਘਰ ਸਾਂਭ ਰੱਖਿਆ ਤੇਰਾ, ਇਹ ਤਾਂ ਗੱਲ ਤੇਰੀ ਪੱਕੀ ਆ। ਭੈਣ ਤੋਂ ਬਿਨਾਂ ਦੁੱਪੜਾ ਵੀ ਨਹੀਂ ਕੋਈ ਬਣਾ ਕੇ ਦਿੰਦਾ, ਇਹ ਤਾਂ ਗੱਲ 16 ਦੇ ਸੱਚ ਆ ਭਾਈ। ਰਾਤ ਨੂੰ ਆਵਾਜ਼ਾਂ ਮਾਰਦਾ ਹੁੰਨਾ ਜਦੋਂ ਬਿਮਾਰ ਹੁੰਨਾ। ਫੇਰ ਮਾਮਾ ਜੀ ਬਾਹਰ ਆਇਓ ਮਾੜਾ ਜਾ। ਹਾਂ ਭਾਈ ਆਉਣਾ। ਭੈਣੇ ਆ ਮੈਂ ਥੋੜਾ ਜਿਹਾ ਆ ਜੱਗੇ ਨਾਲ ਕਰ ਲਾਂ ਗੱਲ। ਮਾਮਾ ਜੀ
ਇਹ ਬੁਲਾਈ ਜਾਂਦੇ ਸੀ ਤੁਹਾਨੂੰ। ਅੱਛਾ ਚਲਾ ਜਾ ਭਾਈ ਤੂੰ ਵੀ। ਹਾਂਜੀ ਦੇਖ ਲਿਆ, ਬੁਲਾ ਲਿਆ ਨਾ ਬਾਹਰ ਮੇਰੇ ਭਾਈ ਨੂੰ। ਕਿਹੜੀ ਗੱਲ ਮੇਰੇ ਭਾਈ ਨਾਲ ਕਰਨੀ ਆ, ਨਾ ਇੱਥੇ ਬੈਠ ਕੇ ਨਹੀਂ ਸੀ ਕਰ ਸਕਦੇ। ਉਹ ਕੋਈ ਨਾ, ਮਾਮੇ ਭਾਣਜੇ ਦੀ ਵੀ ਸੌ ਗੱਲ ਹੁੰਦੀ ਆ। ਦੀਆ ਮਾਮੇ ਭਾਣਜੇ ਦੀ ਗੱਲ, ਮੈਨੂੰ ਪੱਕਾ ਪਤਾ ਮੇਰੇ ਬਾਰੇ ਪੁੱਠਾ ਸਿੱਧਾ ਬੋਲੂੰਗੇ, ਅੱਗਿਓਂ ਮੇਰਾ ਭਾਈ ਵੀ ਇਹੋ ਜਿਹਾ। ਉਹ ਐਂ ਕਿਹੜਾ ਉਹ ਕੰਨਾਂ ਦਾ ਕੱਚਾ ਵੀ ਉਹਨਾਂ ਦੀ ਗੱਲਾਂ 'ਚ ਆਜੂਗਾ। ਪੁੱਛ ਲੈਂਦੇ ਆਪਾਂ ਵੀ ਕੀ ਗੱਲ ਹੋਈ ਉਹਨਾਂ ਦੀ ਆਪਸ 'ਚ। ਦੇਖ ਲਿਓ ਤੁਸੀਂ, ਪੂਰੀ ਉਂਗਲ ਦੇ ਕੇ ਰੱਖਣਗੇ ਇਹਦੇ। ਚੱਲ ਕੋਈ ਗੱਲ ਨੀ, ਤੁਹਾਨੂੰ ਕੋਈ ਹੋਰ ਗੱਲ ਆਉਂਦੀ ਹੈ ਕਿ ਨਹੀਂ? ਚੱਲ ਕੋਈ ਗੱਲ ਨੀ, ਚੱਲ ਕੋਈ ਗੱਲ ਵਾਡੀ, ਚੱਲ ਕੋਈ ਗੱਲ ਨੀ, ਘਰ ਦਾ ਉਜਾੜਾ ਪਾ ਰੱਖਿਆ। ਉਹ ਚੱਲ ਟਕੇ ਹੀ ਰੱਖ ਮਾੜੀ ਜੀ, ਨਹੀਂ ਤਾਂ ਮੈਂ 6 ਮਹੀਨੇ ਗੁੱਤਰੀਆਂ ਫੜ ਕੇ ਤੋੜ ਦੇਣੀ ਸੀ। ਇੱਥੇ ਜਵਾਕ ਜੱਲਾ ਨਹੀਂ ਹੋਇਆ, ਲੋਕਾਂ ਦੇ ਇੱਥੇ 3 ਮਹੀਨੇ ਜਵਾਕ ਠਹਿਰ ਜਾਂਦੇ ਆ। ਆਓ ਜੀ ਮਾਮਾ ਜੀ, ਸਤਿ ਸ਼੍ਰੀ ਅਕਾਲ ਜੀ। ਠੀਕ ਆ ਭਾਈ, ਸਤਿ ਸ਼੍ਰੀ ਅਕਾਲ, ਆ ਜਾਓ ਬੈਠੋ। ਹੋਰ ਸਭ ਠੀਕ ਠਾਕ? ਹਾਂ ਮਾਮਾ ਜੀ ਸਭ ਵਧੀਆ, ਤੁਸੀਂ ਦੱਸੋ। ਹੋਰ ਭਾਈ? ਮਾਮਾ ਜੀ ਮਾਮੀ ਜੀ ਉਹਨਾਂ ਨੂੰ ਵੀ ਲੈ ਆਉਂਦੇ ਨਾਲ। ਉਹ ਪੁੱਤ ਤੈਨੂੰ ਪਤਾ ਹੀ ਆ, ਆ ਭੁੱਲ ਦੇ ਪੇਪਰ ਨੇ ਨਾ, ਤਾਂ ਕਰਕੇ ਰਹੇ, ਘਰੇ ਕੰਮ ਕਰ ਵੀ ਆ, ਫਿਰ ਮਾਰ ਕੇ ਜਾਵਾਂਗੇ ਕਿਹੜਾ ਕੋਈ ਨਹੀਂ। ਹੋਰ ਤੇਰੇ ਮੰਮੀ ਡੈਡੀ ਭਾਈ ਸਭ ਠੀਕ ਨੇ? ਹਾਂ ਮਾਮਾ ਜੀ ਸਭ ਠੀਕ ਠਾਕ ਨੇ। ਸਭ ਠੀਕ ਆ ਨਾ? ਹਾਂ ਜੱਗਿਆ, ਹੁਣ ਦੱਸ ਕੀ ਗੱਲ ਆ, ਕੀ ਤਕਰਾਰਬਾਜ਼ੀ ਆ ਨਾ ਦੋਹਾਂ ਸੱਸ ਨੂੰਹਾਂ 'ਚ? ਉਹ ਤਕਰਾਰਬਾਜ਼ੀ ਤਾਂ ਇੱਦਾਂ ਹੋ ਗਈ ਮਾਮਾ ਜੀ, ਤੁਹਾਨੂੰ ਪਤਾ ਸਾਡੇ ਵਿਆਹ ਨੂੰ 2-3 ਸਾਲ ਹੋ ਗਏ, ਬੇਬੇ ਕਹਿੰਦੀ ਵੀ ਹੁਣ ਤੱਕ ਜਵਾਕ ਕਿਉਂ ਨਹੀਂ ਹੋਇਆ, ਬਸ ਇਸੇ ਗੱਲ ਨੂੰ ਲੈ ਕੇ ਕਹਿੰਦੀ ਹੈ ਵੀ ਜੇ ਇਹਦੇ ਕੋਲ ਬੱਚਾ ਨਹੀਂ ਹੁੰਦਾ ਤਾਂ ਮੈਂ ਤੇਰਾ ਦੂਜਾ ਵਿਆਹ ਕਰ ਦਿੰਦੀ ਹਾਂ। ਬਸ ਮਾਮਾ ਜੀ ਆਹੀ ਗੱਲ ਹੈ। ਮਾਮਾ ਜੀ ਆ ਮੰਮੀ ਜੀ ਨਾ ਵਿਆਹ ਨੂੰ ਖੇਡ ਹੀ ਸਮਝਦੇ ਨੇ, ਤੁਸੀਂ ਦੱਸੋ ਮੈਂ ਕੋਈ ਮਰਜਗਾ ਜਿਹਦਾ ਸੰਗਲ ਫੜਾ ਕੇ ਜਿੱਥੇ ਮਰਜ਼ੀ ਤੋਰਤਾ? ਜੇ ਆਹੀ ਗੱਲ ਇਹਨਾਂ ਦੀ ਆਪਦੀ ਕੁੜੀ ਨਾ ਹੁੰਦੀ ਫਿਰ ਕੀ ਕਰਦੇ ਮੰਮੀ ਜੀ? ਇਹਦੇ 'ਚ ਦੱਸੋ ਮੇਰਾ ਕੀ ਕਸੂਰ ਆ? ਉਹ ਤਾਂ ਕਮਲੀ ਆ ਪੁੱਤ, ਉਹਦਾ ਤਾਂ ਪਹਿਲੇ ਦਿਨ ਤੂੰ ਇਹੀ ਸੁਭਾਅ, ਮੈਂ ਆ ਗਿਆ ਨਾ ਸਮਝਾ ਕੇ ਜਾਊਂਗਾ ਉਹਨੂੰ ਵੀ ਐਵੇਂ ਨਹੀਂ ਕਰਨ ਲੜਾਈ ਪਾਈ ਦੀ ਹੁੰਦੀ। ਲੋਕ ਤਾਂ ਆਪਦੇ ਜਵਾਕਾਂ ਦਾ ਸੁੱਖਾ ਮੰਗਦੇ ਨੇ, ਇਹ ਦੇਖ ਲੈ ਕੀ ਗਾਰੇ ਕਰਦੀ ਆ। ਮਾਮਾ ਜੀ ਮੇਰੇ ਨਾਲ ਪਤਾ ਨਹੀਂ ਕੀ ਵਿਆਰ ਆ ਮੰਮੀ ਜੀ ਦਾ, ਮੈਨੂੰ ਤਾਂ ਘਰੋਂ ਕੱਢਣ ਦੀ ਸਹੁੰ ਖਾਧੀ ਹੋਈ ਆ ਉਹਨਾਂ ਨੇ, ਜਿੱਦੇ ਮੇਰੇ ਮਾਂ ਪਿਓ ਆਏ ਹੋਏ ਸੀ ਉਹਨਾਂ ਨੂੰ ਸਿੱਧਾ ਕਹਿਤਾ ਵੀ ਆਪਦੀ ਕੁੜੀ ਨੂੰ ਲੈ ਜਾਓ, ਅਸੀਂ ਤਾਂ ਜੱਗੇ ਦਾ ਦੂਜਾ ਵਿਆਹ ਕਰਾਂਗੇ। ਮੇਰੀ ਮੰਮੀ ਨੇ ਤਾਂ ਨਾ ਫਿਕਰ 'ਚ ਉੱਦਣ ਦੀ ਰੋਟੀ ਨਹੀਂ ਖਾਧੀ। ਉਹ ਪੁੱਤ ਉਹਨੂੰ ਬੋਲਣ ਬੋਲਣ ਦਾ ਘੱਟੇ ਪਤਾ, ਕਿਹੜੀ ਗੱਲ ਕਿੱਥੇ ਕਰਨੀ ਆ ਨਾ, ਇਸ ਗੱਲੋਂ ਤਾਂ ਜਮੀ ਖਾਨਾ ਬੰਦ ਹੈ ਉਹਦਾ। ਜੱਗੇ ਤੂੰ ਦੱਸ ਤੇਰਾ ਮਨ ਕੀ ਕਹਿੰਦਾ? ਮਾਮਾ ਜੀ ਮੈਂ ਚੰਨੂ ਨੂੰ ਵਿਆਹ ਕੇ ਲਿਆਇਆ, ਮੈਂ ਚੰਨੂ ਨੂੰ ਛੱਡ ਕੇ ਦੂਜੇ ਵਿਆਹ ਬਾਰੇ ਸੋਚ ਵੀ ਨਹੀਂ ਸਕਦਾ। ਅਤੇ ਰਹੀ ਗੱਲ ਬੇਬੇ ਦੀ, ਉਹਨੇ ਜਿੱਦ ਫੜ ਰੱਖੀ ਹੈ, ਬੇਬੇ ਕਹਿੰਦੀ ਮੈਂ ਤੇਰਾ ਦੂਜਾ ਵਿਆਹ ਕਰਨਾ ਹੀ ਕਰਨਾ। ਮਾਮਾ ਜੀ ਮੈਨੂੰ ਇੱਕ ਗੱਲ ਦੱਸੋ, ਜੇ ਦੂਜੇ ਵਿਆਹ ਨਾਲ ਵੀ ਜਵਾਕ ਨਾ ਹੋਇਆ ਫਿਰ ਇਹਨਾਂ ਦਾ ਤੀਜਾ ਵਿਆਹ ਕਰਨਗੇ? ਇਹਨੇ ਤਾਂ ਡੈਡੀ ਜੀ ਨੂੰ ਵੀ ਭੜਕਾ ਰੱਖਿਆ, ਉਹਨਾਂ ਦੀ ਬੋਲੀ ਬੋਲਦੇ ਨੇ ਉਹ ਵੀ। ਆ ਮੇਰਾ ਭੋਲਾ ਵੀ ਤਾਂ ਸਾਡੇ ਵਿਆਹ ਤੋਂ 5 ਸਾਲ ਬਾਅਦ ਹੋਇਆ ਜੀ, ਆ ਮੇਰੀ ਬੇਬੇ ਨੇ ਤਾਂ ਕਦੇ ਨਹੀਂ ਕਿਹਾ ਬਈ ਦੂਜਾ ਵਿਆਹ ਕਰ ਦਈਏ ਤੇਰਾ। ਆ ਬੰਦੇ ਨੂੰ ਜਿੰਨੀ ਪਰਮਾਤਮਾ ਨੇ ਮੱਤ ਬਖਸ਼ੀ ਹੁੰਦੀ ਹੈ ਨਾ ਉਨੀ ਉਹ ਗੱਲ ਕਰਦਾ। ਉਹ ਤੁਸੀਂ ਫਿਕਰ ਨਾ ਕਰੋ, ਮੈਂ ਕਰਦਾ ਜੀ ਤੋਂ ਭੈਣ ਨਾਲ ਗੱਲ, ਠੀਕ ਆ? ਠੀਕ ਆ ਮਾਮਾ ਜੀ ਮੈਂ ਕਰਦਾ ਗੱਲ। ਮੈਂ ਤਾਂ ਕਹਿੰਦੀ ਹਾਂ ਜੀ ਆਪਾਂ ਵੀ ਚੱਲਦੇ ਹਾਂ, ਮੰਮੀ ਜੀ ਨੇ ਝੂਠ ਸੱਚ ਬੋਲ ਕੇ ਮਾਮਾ ਜੀ ਨੂੰ ਐਂ ਤੋੜ ਦੇਣਾ, ਗੱਲ ਫੇਰ ਹੀ ਉੱਥੇ ਰਹਿ ਜਾਣੀ ਆ। ਚਲ
ਦੇਖਦੇ ਹਾਂ ਬੇਬੇ ਕੀ ਕਹਿੰਦੀ ਹੈ। ਦੇਖਿਆ ਜੀ, ਹੋ ਗਈ ਉਹੀ ਗੱਲ ਨਾ ਜਿਹਦਾ ਡਰ ਸੀ। ਭਰਾ ਮੇਰਾ ਹੋਵੇ ਤੇ ਬੋਲੀ ਇਹਨਾਂ ਦੀ ਬੋਲੇ। ਤੇਰੇ ਤੋਂ ਇਹ ਉਮੀਦ ਨਹੀਂ ਸੀ ਵੀਰੇ, ਚੰਗੀ ਤਰ੍ਹਾਂ ਤੇਰੇ ਕੰਨ ਭਰੇ ਨੇ ਇਹਨਾਂ ਨੇ। ਉਹ ਦੀਪੋ ਭੈਣਾ, ਜੋ ਗਲਤ ਆਉਂਦਾ ਗਲਤ ਹੀ ਕਿਹਾ ਜਾਊਗਾ। ਤੂੰ ਜਵਾਕਾਂ 'ਤੇ ਕਿਉਂ ਜ਼ੋਰ ਪਾਉਂਦੀ ਆ ਦੂਜੇ ਵਿਆਹ ਦਾ? ਭੁੱਲ ਗਈ ਤੂੰ, ਤੇਰਾ ਭਤੀਜਾ ਵੀ ਤਾਂ 5ਵੇਂ ਸਾਲ ਹੋਇਆ ਸੀ ਜਾ ਕੇ। ਇਹ ਚੀਜ਼ਾਂ ਬੰਦੇ ਦੇ ਹੱਥ ਨਹੀਂ ਹੁੰਦੀਆਂ ਭੈਣੇ, ਇਹ ਸਭ ਤਾਂ ਕੁਦਰਤ ਦੇ ਹੱਥ ਹੁੰਦਾ। ਉਹ ਜੀਜਾ, ਤੂੰ ਤਾਂ ਸਿਆਣਾ ਪਿਆਣਾ, ਤੂੰ ਨਹੀਂ ਸਮਝਾ ਸਕਦਾ ਮਾੜਾ ਮੋਟਾ? ਉਹ ਸਿਆਣਾ ਰਹਿਣ ਕਿੱਥੇ ਦਿੰਦੇ ਨੇ, ਇਹਨੂੰ ਜਿੰਨਾ ਮਰਜ਼ੀ ਕਹੀ ਉਹ ਕਰਨੀ ਨੇ ਆਪਣੀ ਮਰਜ਼ੀ ਆ, ਨਾਲੇ ਇਹ ਕਿਹੜਾ ਸੁਣਦੀ ਆ ਕਿਸੇ ਦੀ। ਇਹਨੇ ਤਾਂ ਆਪਣੇ ਘੋੜੇ ਭਜਾਣੇ ਨੇ ਬਸ। ਦਰਸ਼ਨਾ, ਜੇ ਇਸ ਘਰ ਦਾ ਕੋਈ ਬਾਲੀ ਵਾਰਸ ਨਾ ਨਾ ਹੋਇਆ ਕੋਈ, ਆਹ ਜਿਹੜੀ ਜ਼ਮੀਨ ਜਾਇਦਾਦ ਆ ਨਾ, ਇਹਨਾਂ ਵਿੱਚ ਉੱਲੂ ਬੋਲਣੇ ਨੇ ਉੱਲੂ। ਮੈਂ ਤਾਂ ਇਹਨੂੰ ਵੀ ਕਹਿੰਦੀ ਹਾਂ, ਜਵਾਕ ਜੰਮ ਕੇ ਦੇ ਸਾਨੂੰ, ਸਾਨੂੰ ਕੀ ਲੋੜ ਪਈ ਆ ਜੱਗੇ ਦਾ ਦੂਜਾ ਵਿਆਹ ਕਰਨ ਦੀ। ਮੈਂ ਤਾਂ ਇਹਨੂੰ ਵੀ ਕਹਿੰਦੀ ਹਾਂ ਵੀ ਜਵਾਕ ਜੰਮ ਕੇ ਦੇ, ਮੈਨੂੰ ਕੀ ਲੋੜ ਆ ਜੱਗੇ ਦਾ ਦੂਜਾ ਵਿਆਹ ਕਰਨ ਦੀ। ਪੁੱਛੋ ਇਹਨੂੰ ਜੇ ਜੰਮ ਸਕਦੀ ਜਵਾਕ। ਆਹ ਦੇਖ ਲਓ ਮਾਮਾ ਜੀ ਕੀ ਕਹੀ ਜਾਂਦੇ ਨੇ, ਮੰਮੀ ਜੀ ਸਾਰੇ ਚੁੱਪ ਕਰਕੇ ਨਾ ਮੇਰੀ ਬੇਇੱਜ਼ਤੀ ਸੁਣੀ ਜਾਂਦੇ ਨੇ, ਨਾ ਤਾਂ ਇਹ ਕੁਛ ਬੋਲਦੇ ਨੇ। ਡੈਡੀ ਜੀ ਨੇ ਤਾਂ ਚੱਲ ਬੋਲਣਾ ਵੀ ਕੀ ਆ। ਡੈਡੀ ਜੀ ਆਹ ਵੇਖ ਲਓ, ਤੁਹਾਡੇ ਸਾਹਮਣੇ ਹੀ ਬੋਲੀ ਜਾਂਦੇ ਨੇ ਮੰਮੀ ਜੀ, ਤੁਸੀਂ ਨਹੀਂ ਕਹਿ ਸਕਦੇ ਕੁਛ। ਅੰਦਰ ਵਾੜ ਕੇ ਜਿਹੜੇ ਮੇਰੇ ਭਰਾ ਦੇ ਕੰਨ ਭਰੇ ਨੇ ਨਾ, ਉਹ ਘੱਟ ਨਹੀਂ ਕਰੀ ਤੂੰ। ਚੰਗੀ ਚਾਬੀ ਭਰ ਕੇ ਭੇਜਿਆ ਮੇਰਾ ਭਾਈ, ਮੈਂ ਕੀ ਜਾਣਦੀ ਨਹੀਂ ਤੁਹਾਨੂੰ ਦੋਹਾਂ ਨੂੰ। ਤਾਂ ਹੀ ਤਾਂ ਭੈਣ ਸਾਹਮਣੇ ਐਡੀ ਜਵਾਨ ਕੱਢੀ ਆ, ਇਹ ਤਾਂ ਕਦੀ ਉੱਦੇ ਨਹੀਂ ਸੀ ਬੋਲਦਾ। ਚੱਲ ਹੌਲੀ ਬੋਲ, ਜ਼ਰੂਰ ਤਮਾਸ਼ਾ ਦਿਖਾਉਣਾ ਆਣ ਗੁਆਂਢ 'ਚ, ਕੀ ਸੋਚਣਗੇ ਅਗਲੇ? ਸੋਚੀ ਜਾਣ ਜੋ ਸੋਚਣਾ, ਮੈਨੂੰ ਕੀ ਡਰ ਮਾਰਿਆ। ਉਹ ਦੇਖ ਭੈਣੇ, ਆਪਣਾ ਘਰ ਦਾ ਮਸਲਾ ਨਾ ਆਪਾਂ ਘਰ 'ਚ ਹੀ ਬੈਠ ਕੇ ਨਿਬੇੜਦੇ ਨੇ, ਆਹ ਲੋਕਾਂ ਨੂੰ ਤਮਾਸ਼ਾ ਦਿਖਾਉਣ ਦੀ ਕੀ ਲੋੜ ਆ। ਮੇਰੀ ਗੱਲ ਮੰਨੋ, 2-3 ਸਾਲ ਹੋਰ ਦੇਖ ਲਓ, ਉਹ ਜੇ ਫੇਰ ਵੀ ਨਾ ਹੋਇਆ ਫਿਰ ਆਪਾਂ ਜਾ ਕੇ ਇਹਦੇ ਦੂਜੇ ਵਿਆਹ ਬਾਰੇ ਸੋਚਾਂਗੇ। ਸਿਆਣੀ ਬਣ ਤੂੰ, ਨਾਲੇ ਠੰਡੇ ਦਿਮਾਗ ਨਾਲ ਸੋਚਿਆ ਕਰ। ਵੇ 3 ਸਾਲ ਤਾਂ ਹੋ ਗਏ ਇਹਦੇ ਵਿਆਹ ਨੂੰ, ਇੰਨੇ ਨੂੰ ਮੇਰਾ ਮੁੰਡਾ ਬੁੱਢਾ ਹੋ ਜਾਊਗਾ, ਫਿਰ ਇਹਨੂੰ ਕੁੜੀ ਕਿਵੇਂ ਦੇਣੀ ਆ। ਉਹ ਕਿਤਨੇ 2 ਸਾਲਾਂ 'ਚ ਬੁੜਾ ਹੋਣ ਲੱਗਿਆ ਹੈ। ਸਹੀ ਕਹਿੰਦਾ ਦਰਸ਼ਨ, 1-2 ਸਾਲ ਦੇਖਦੇ ਹਾਂ ਫਿਰ ਬਹਿ ਕੇ ਕਰਾਂਗੇ ਸਲਾਹ ਵੀ ਕਿਵੇਂ ਕਰਨਾ। ਦਰਸ਼ਨ ਚੱਲ ਤੇਰੀ ਮੰਨ ਲੈਂਦੇ ਹਾਂ, ਜਿੱਥੇ 3 ਸਾਲ ਲੰਘ ਹੈ ਉੱਥੇ 2 ਸਾਲ ਹੋਰ ਲੰਘ ਜਾਣਗੇ, ਹੋਣਾ ਇਹਦੇ ਫਿਰ ਵੀ ਕੱਖ ਨਹੀਂ। ਪਿੰਡ ਦਾ ਪਤਾ ਨਾ ਗੁਹਾਰਿਆਂ ਤੋਂ ਲੱਗ ਜਾਂਦਾ। ਉਹ ਭੈਣੇ ਸ਼ੁਭ ਸ਼ੁਭ ਬੋਲਿਆ ਕਰ ਤੂੰ, ਜਿੱਥੇ 3 ਸਾਲ ਲੰਘ ਗਏ ਉੱਥੇ 2 ਸਾਲ ਵੀ ਲੰਘ ਜਾਣਗੇ। ਕਹਿ ਇਹਨੂੰ ਦੇਵੇ ਜੰਮ ਕੇ ਜਵਾਕ, ਬਾਂਝ ਆਏ ਬਾਂਝ, ਇਹ ਨਹੀਂ ਜੰਮ ਸਕਦੀ ਜਵਾਕ, ਜੰਮੂਗੀ ਇਹ ਜਵਾਕ। ਸਵਾਹ 7 ਚੁੱਲ੍ਹਿਆਂ ਦੀ ਖਿਡਾ ਹਟੀਏ ਤਾਂ ਜਵਾਕ, ਜਿਹਦੇ 3 ਸਾਲਾਂ 'ਚ ਨਹੀਂ ਹੋਇਆ ਉਹਦੇ 2 ਸਾਲਾਂ 'ਚ ਕਿੱਥੋਂ ਹੋ ਜਾਊਗਾ। ਉਹ ਜੀਜਾ ਇਹ ਸਾਰਾ ਤੇਰਾ ਕਸੂਰ ਆ। ਆਇਆ ਵੱਡਾ ਸਮਝਾ, ਜੇ ਇਹਨੂੰ ਸ਼ੁਰੂ ਤੋਂ ਮਾੜਾ ਮੋਟਾ ਝਿੜਕ ਕੇ ਰੱਖਿਆ ਹੁੰਦਾ ਨਾ, ਅੱਜ ਆਹ ਦਿਨ ਨਾ ਦੇਖਣੇ ਪੈਂਦੇ। ਆਹ ਜਿਹੜੀ ਤੂੰ ਢਿੱਲ ਦਿੱਤੀ ਹੋਈ ਆ ਨਾ, ਉਸ ਦਾ ਨਤੀਜਾ ਇਹ। ਸਹੀ ਕਹਿੰਦਾ ਦਰਸ਼ਨ, ਤੋਂ ਗਲਤੀ ਤਾਂ ਮੇਰੀ ਓ ਆ, ਜੇ ਪਹਿਲੇ ਦਿਨ ਤੋਂ ਕੰਨ ਝਾੜੇ ਹੁੰਦੇ ਨਾ ਫਿਰ ਇੰਨਾ ਪੁੱਠਾ ਸਿੱਧਾ ਨਾ ਬੋਲਦੀ। ਉਹ ਬਾਪੂ ਉਹ ਹੁਣ ਪਛਤਾਇਆ ਕੀ ਹੁੰਦਾ, ਨਾ ਕਦੇ ਪੁਲਾਂ ਥੱਲੋਂ ਲੰਘੇ ਪਾਣੀ ਵੀ ਮੁੜਦੇ। ਮੈਨੂੰ ਤਾਂ ਬੇਬੇ ਦੀ ਇੱਕ ਗੱਲ ਸਮਝ ਨਹੀਂ ਆਉਂਦੀ,
ਵੀ ਇੰਨਾ ਜ਼ਹਿਰ ਭਰ ਕੇ ਆਪਣੇ ਮਨ ਵਿੱਚ ਸਾਬਤ ਕੀ ਕਰਨਾ ਚਾਹੁੰਦੀ ਹੈ? ਉਹ ਪੁੱਤ, ਮੈਂ ਤਾਂ 20 ਵਾਰ ਸਮਝਾਇਆ ਇਹਨੂੰ ਵੀ ਬਹੂ ਨੂੰ ਅਵਾ ਤਵਾ ਨਾ ਬੋਲਿਆ ਕਰ, ਪਰ ਕਾਹਨੂੰ ਸਮਝਦੀ ਨਹੀਂ ਹੈਗੀ। ਪਤਾ ਨਹੀਂ ਕਾਹਦਾ ਹੰਕਾਰ ਹੈ ਇਹਨੂੰ। ਜਿੱਦਣ ਠੋਕਰ ਲੱਗੀ ਨਾ ਇਹਨੂੰ, ਉਦਣ ਸੁਰਤ ਆਣੀ ਇਹਨੂੰ ਵੀ ਕੌਣ ਸਹੀ ਤੀ ਕੌਣ ਗਲਤ। ਚੱਲ ਠੀਕ ਆ ਜੀਜਾ, ਮੈਂ ਤਾਂ ਸਮਝਾਉਣਾ ਤੁਸੀਂ ਸਮਝਾਤਾ। ਦੇਖ ਭਾਈ ਬਹੂ ਜੱਗੇ, ਤੁਸੀਂ ਵੀ ਮਾੜਾ ਮੋਟਾ ਨਰਮਾਈ ਵਰਤਿਆ ਕਰੋ, ਰਲ ਮਿਲ ਕੇ ਰਿਹਾ ਕਰੋ। ਆ ਲੜਾਈ ਝਗੜਿਆਂ 'ਚ ਕੀ ਇਕੱਠਿਆ ਕਿਸੇ ਨੇ? ਉਹ ਮਾਮਾ, ਉਹ ਅਸੀਂ ਕਾਹਨੂੰ ਬੋਲਦੇ ਹਾਂ? ਆਹ ਚੰਨੋ ਖੜੀ ਹੈ, ਇਹ ਨਹੀਂ ਬੋਲਦੇ। ਆ ਬਾਪੂ ਬੈਠਾ, ਇਹਨੂੰ ਪੁੱਛ ਲਾ। ਆ ਜੋ ਵੀ ਕਲੇਸ਼ ਛੇੜਿਆ ਨਾ, ਸਾਰਾ ਬੇਬੇ ਨੇ ਛੇੜਿਆ। ਓਏ ਉਹ ਤਾਂ ਸਾਨੂੰ ਪਤਾ ਹੀ ਹੈ ਸਾਰਾ, ਮੈਂ ਤਾਂ ਉਹਨੂੰ ਵੀ ਸਮਝਾਤਾ, ਬਾਕੀ ਤੁਹਾਨੂੰ ਫੋਨ ਕਰਦਾ ਰਹੂੰਗਾ। ਚੱਲ ਠੀਕ ਆ ਜੀਜਾ, ਠੀਕ ਆ ਭਾਈ, ਸਤਿ ਸ਼੍ਰੀ ਅਕਾਲ। ਚੰਗਾ ਭਾਈ, ਰਲ ਮਿਲ ਕੇ ਰਿਹਾ ਕਰੋ। ਚੱਲ ਚੰਨੋ, ਬਾਪੂ ਵਾਸਤੇ ਰੋਟੀ ਬਣਾ। ਠੀਕ ਹੈ ਜੀ। ਚੰਗਾ ਭਲਾ ਹੱਸਦਾ ਵੱਸਦਾ ਘਰ ਸੀ, ਪਤਾ ਨਹੀਂ ਕਿਹੜੇ ਸਾਲੇ ਦੀ ਨਜ਼ਰ ਲੱਗ ਗਈ। ਥੱਕ ਗਏ ਯਾਰ। ਕਰਮਜੀਤ, ਆ ਪਾਣੀ ਦਾ ਗਲਾਸ ਲਿਆ ਇੱਕ ਯਾਰ। ਆ ਲਓ ਪਾਣੀ। ਕੀ ਗੱਲਬਾਤ ਹੋਈ ਦੀਪੋ ਭੈਣ ਨਾਲ? ਉਹ ਗੱਲਬਾਤ ਕੀ ਹੋਣੀ ਆ ਯਾਰ, ਉਹੀ ਬਸ ਪਾਣੀ ਜਮਦਾ ਨਹੀਂ ਪਾ ਰਹੀ ਆ। ਚੰਗੇ ਭਲੇ ਹੱਸਦੇ ਵੱਸਦੇ ਘਰ 'ਚ ਨਾ ਕਲੇਸ਼ ਕਰੀ ਬੈਠੀ ਆ, ਪਤਾ ਨਹੀਂ ਕਿਹਦੀ ਚੱਕ ਚਾਹੀ ਪਈ ਆ। ਕਹਿੰਦੀ ਜੱਗੇ ਦਾ ਦੂਜਾ ਵਿਆਹ ਕਰਨਾ, ਵੀ ਇਹਦੇ ਜਵਾਕ ਨਹੀਂ ਹੁੰਦਾ। ਦੱਸ ਕਹਿੰਦੀ ਸਾਡੀ ਜ਼ਮੀਨ ਜਾਇਦਾਦ ਕੌਣ ਸੰਭਾਲੂਗਾ? ਉਹਨੂੰ ਪੁੱਛੇ ਵੀ ਇਹਦੇ ਵਿੱਚ ਜੱਗੇ ਦੀ ਬਹੂ ਦਾ ਕੀ ਕਸੂਰ ਆ? ਉਹੀ ਤਾਂ ਗੱਲ ਆ ਜੀ, ਜੱਗੇ ਦੀ ਬਹੂ ਦਾ ਕੀ ਕਸੂਰ ਆ? ਕੋਈ ਵੀ ਔਰਤ ਨਹੀਂ ਚਾਹੁੰਦੀ ਕਿ ਵਿਆਹ ਤੋਂ ਬਾਅਦ ਉਹ ਮਾਂ ਨਾ ਬਣ ਸਕੇ। ਮਾਂ ਬਣਨ ਦਾ ਹਰ ਇੱਕ ਔਰਤ ਦਾ ਸੁਪਨਾ ਹੁੰਦਾ। ਤੁਹਾਨੂੰ ਇੱਕ ਗੱਲ ਕਹਾਂ ਜੀ, ਜ਼ਰੂਰੀ ਨਹੀਂ ਆ ਕਿ ਕਮੀ ਚੰਨੋ 'ਚ ਹੀ ਹੋਵੇ, ਜੱਗੇ ਨੂੰ ਵੀ ਆਪਣਾ ਚੈੱਕਅਪ ਕਰਾ ਲੈਣਾ ਚਾਹੀਦਾ। ਇਹਦੇ 'ਚ ਕੀ ਸ਼ਰਮ ਵਾਲੀ ਗੱਲ ਆ? ਗੱਲ ਤਾਂ ਸਿਆਣੀ ਆ ਤੇਰੀ, ਚੈੱਕਅਪ ਤਾਂ ਕਰਾਉਣਾ ਚਾਹੀਦਾ, ਕੀ ਪਤਾ ਜੱਗੇ 'ਚ ਕੋਈ ਕਮੀ ਹੋਵੇ। ਮੈਂ ਬੜੇ ਕੇਸਾਂ 'ਚ ਇੱਦਾਂ ਹੁੰਦਾ ਵੇਖਿਆ, ਬੰਦਾ ਨਾ ਕਈ ਵਾਰ ਸ਼ਰਮ ਦੇ ਮਾਰਿਆ ਚੈੱਕਅਪ ਨਹੀਂ ਕਰਾਉਂਦਾ ਆਪਣਾ, ਨਾਨੀ ਵਿਚਾਰੀ ਨੂੰ ਬਲੀ ਦਾ ਬੱਕਰਾ ਬਣਨਾ ਪੈ ਜਾਂਦਾ। ਮੈਂ ਕਰਾਂ ਜੱਗੇ ਦੀ ਬਹੂ ਨਾਲ ਗੱਲ? ਹਾਂ ਕਰ ਲਾ ਗੱਲ, ਤੂੰ ਕਰ ਗੱਲ ਜੱਗੇ ਦੀ ਬਹੂ ਨਾਲ। ਤੂੰ ਐਂ ਕਰੀ, ਸ਼ਾਮ ਨੂੰ ਫੋਨ ਕਰੀ ਉਹਨੂੰ, ਹਜੇ ਉੱਥੇ ਘਰ ਦਾ ਮਾਹੌਲ ਜਿਹਾ ਠੀਕ ਨਹੀਂ ਹੈਗਾ। ਚਲੋ ਠੀਕ ਹੈ ਜੀ, ਮੈਂ ਸ਼ਾਮੀ ਗੱਲ ਕਰਦੀ ਹਾਂ। ਹਾਂ ਤੁਸੀਂ ਨਾ ਇਹਨੇ ਮੂੰਹ ਹੱਥ ਧੋ ਲਓ, ਮੈਂ ਰੋਟੀ ਬਣਾਉਂਦੀ ਹਾਂ, ਭੋਲਾ ਵੀ ਆਉਣ ਵਾਲਾ। ਹਾਂ ਠੀਕ ਆ, ਬਣਾ ਰੋਟੀ। ਗੱਲ ਤਾਂ ਸਿਆਣੀ ਹੈ ਜੀ, ਚੈੱਕਅਪ ਤਾਂ ਜੱਗੇ ਨੂੰ ਵੀ ਕਰਾਉਣਾ ਚਾਹੀਦਾ। ਅੱਜ ਕੱਲ੍ਹ ਕੀ ਪਤਾ ਲੱਗਦਾ ਬਿਮਾਰੀਆਂ ਦਾ? ਆਪਾਂ ਐਵੇਂ ਇਕੱਲੀ ਔਰਤ ਨੂੰ ਬਦਨਾਮ ਕਰੀ ਜਾਂਦੇ ਹਾਂ।